ਸਾਡੀ ਤਾਂ ਸਮਝ ਨੂੰ ਪਤਾ ਨਹੀਂ ਕਿਆ ਹੋ ਗਿਆ। ਆਪਣੇ ਮਤਲਬ ਖਾਤਰ ਜਿੱਥੇ ਮਰਜ਼ੀ ਡੇਗ ਦੋ ਲੰਬਾ ਪੈ ਜਾਂਦਾ ਸਿੱਖ। ਗੁਰੂ ਸਾਹਿਬ ਦੇ ਆਸ਼ੇ ਤੋਂ ਬਿਲਕੁਲ ਉਲਟ ਗੱਲ। ਇਸ ਤਰ੍ਹਾਂ ਦਾ ਹੀ ਸ਼ੈਖ ਫੱਤਾ ਇੱਕ ਤਰਨ ਤਾਰਨ ਦੇ ਕੋਲ, ਉੱਥੇ ਸਾਡੇ ਲੋਕ ਹੁਣ ਵੀ ਦੁੱਧ ਚੜ੍ਹਾਉਂਦੇ ਬਹੁਤ ਗਿਣਤੀ 'ਚ, ਕੁਆਂਟਲਾਂ 'ਚ, ਆਖੇ ਸਾਡੀਆਂ ਮੱਝਾਂ ਰਾਜ਼ੀ ਰਹਿੰਦੀਆਂ। ਅੰਧ ਵਿਸ਼ਵਾਸ, ਉਹਦਾ ਵੀ ਰੋਲ ਸੀਗਾ ਸ਼ਹੀਦੀ 'ਚ। ਹੁਣ ਇਹ ਸਾਡੀ ਖਾਮ ਖਿਆਲੀ ਹੈ, ਅੰਧ ਵਿਸ਼ਵਾਸ ਹੈ, ਕਿਆ ਕਹੀਏ, ਇੰਗਲੈਂਡ ਅਮੈਰੀਕਾ 'ਚ ਡੈਨਮਾਰਕ ਵਿੱਚ ਕੁਆਂਟਲ ਕੁਆਂਟਲ ਦੁੱਧ ਦਿੰਦੀਆਂ ਗਾਇਆਂ, ਉੱਥੇ ਤਾਂ ਕੋਈ ਇਹੋ ਜਿਹੀ ਗੱਲ ਹੈ ਨਹੀਂ। ਸਾਨੂੰ ਵੀ ਪਤਾ ਨਹੀਂ ਕਾਹਤੇ ਇਸ ਤਰ੍ਹਾਂ ਦਾ ਲੱਗਦਾ ਵੀ ਜੇ ਨਹੀਂ ਫਲਾਣੀ ਜਗ੍ਹਾ ਜਾ ਕੇ ਦੁੱਧ ਚੜ੍ਹਾਵਾਂਗੇ ਤਾਂ ਮੱਝਾਂ ਦੁੱਧ ਨਹੀਂ ਦੇਣਗੀਆਂ ਜਾਂ ਕਿਆ ਹੋ ਜਾਊ। ਬਾਹਰਲਿਆਂ ਦੇਸ਼ਾਂ ਵਿੱਚ ਤਾਂ ਇਸੀ ਗੱਲ ਹੈ ਨਹੀਂ। ਐਕਚੁਅਲੀ ਉਰੇ ਵੀ ਕੁਛ ਨਹੀਂ ਹੈ, ਸਿਰਫ ਸਾਡੇ ਮਨ ਦਾ ਇੱਕ ਖਾਮ ਖਿਆਲ ਹੈ। ਗੁਰੂ ਅਰਜਨ ਦੇਵ ਜੀ ਸਭ ਤੋਂ ਜਿਹੜਾ ਉਹਨਾਂ ਦੀ ਪ੍ਰਮੁੱਖ ਦੇਣ ਹੈ ਸਾਰੀ ਸਮੁੱਚੀ ਮਾਨਵਤਾ ਨੂੰ, ਨੋਟ ਓਨਲੀ ਫੋਰ ਸਿੱਖਸ, ਸਾਰਿਆਂ ਨੂੰ, ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ। ਉਹਨਾਂ ਨੇ ਅਲੱਗ ਅਲੱਗ ਭਗਤਾਂ ਤੋਂ, ਅਲੱਗ ਅਲੱਗ ਗੁਰਸਿੱਖਾਂ ਦੀ, ਗੁਰੂ ਸਾਹਿਬਾਨਾਂ ਦੀ ਜੋ ਵੀ ਬਾਣੀ ਉਹਨਾਂ ਦੇ ਕੋਲ ਆਈ ਆਪ ਤੋਂ ਪਹਿਲੇ ਗੁਰੂਆਂ ਦੇ ਰਾਹੀਂ, ਗੁਰੂ ਨਾਨਕ ਸਾਹਿਬ ਨੇ ਇਕੱਠੀ ਕੀਤੀ ਸੀ ਸੰਸਾਰ ਯਾਤਰਾ 'ਚ, ਉਹ ਪੋਥੀਆਂ ਦੇ ਰੂਪ ਸੀਗੀ। ਉਹ ਗੁਰੂ ਸਾਹਿਬ ਪੰਚਮ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ 'ਚ ਉਹਦੀ ਸੰਪਾਦਨਾ ਕਰ, ਔਰ ਰਹਿੰਦੀ ਦੁਨੀਆ ਤੱਕ ਉਸ ਤੋਂ ਵੀ ਬਾਅਦ ਇਹ ਬਾਣੀ ਅਮਰ ਹੈ, ਇਹ ਰਹੇਗੀ। ਇਹ ਜਹਾਜ਼ ਬਾਣੀ ਦਾ ਬੋਹਿਤ ਉਹਨਾਂ ਨੇ ਤਿਆਰ ਕਰ ਦਿੱਤਾ ਹੈ। ਕੋਈ ਵੀ ਧਰਮ ਦਾ ਬੰਦਾ, ਕੋਈ ਵੀ ਕਿਸੇ ਵੀ ਦੇਸ਼ ਫਿਰਕੇ ਦਾ ਬੰਦਾ ਆਪਣਾ ਫਾਇਦਾ ਉਹ ਲੈ ਸਕਦਾ ਹੈ, ਆਪਣੀ ਚੁਰਾਸੀ ਕਟਾ ਸਕਦਾ ਹੈ ਬਾਣੀ ਨਾਲ ਜੁੜ ਕੇ। ਪ੍ਰਯੋਜਨ ਇਹ ਵੀ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ, ਵੀ ਗੁਰੂ ਸਾਹਿਬ ਇੱਕ ਵਾਰ ਭਾਈ ਗੁਰਦਾਸ ਜੀ ਦੇ ਨਾਲ ਕਿਧਰੇ ਜਾ ਰਹੇ ਸੀ, ਕੰਨਾਂ 'ਚ ਕੋਈ ਆਵਾਜ਼ ਪਈ, ਉਹਦੇ 'ਚ ਸ਼ਬਦ ਪਿੱਛੋਂ ਨਾਨਕ ਪਦਾ ਵਰਤਿਆ ਗਿਆ, ਉਹ ਬਾਣੀ ਦੀ ਤੁੱਕ ਹੈ ਨਹੀਂ ਸੀ। ਇਹ 'ਚ ਐਸਾ ਬਹੁਤ ਕੁਛ ਹੋ ਰਿਹਾ, 555 ਸ਼ਬਦ ਹੈ ਸਾਧ ਸੰਗਤ ਜੀ, ਜਿਨ੍ਹਾਂ ਦੇ ਪਿੱਛੇ ਨਾਨਕ ਆਉਂਦਾ ਹੈ, ਅਤੇ ਉਹ ਗੁਰਬਾਣੀ ਨਹੀਂ ਹੈ, ਮੀਣਿਆਂ ਦੀ ਮਿਹਰਬਾਨ ਉਹਨਾਂ ਦੀ ਲਿਖੀ ਹੋਈ ਹੈ। ਭਾਈ ਗੁਰਦਾਸ ਜੀ ਕਹਿਣ ਲੱਗੇ ਵੀ ਇਹ ਬਾਣੀ ਤਾਂ ਪਰਮਾਨੀਕ ਨਹੀਂ ਹੈ, ਨਾਨਕ ਬੇਸ਼ੱਕ ਵਿੱਚ ਆਉਂਦਾ ਹੈ, ਬਹੁਤ ਸਾਰੇ ਸ਼ਬਦ ਨੇ, ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤੱਤੀ ਵਾਓ। ਆਪਾਂ ਨੂੰ ਵੀ ਸਾਧ ਸੰਗਤ ਜੀ ਐਂ ਲੱਗਦਾ ਵੀ ਇਹ ਗੁਰਬਾਣੀ ਹੈ, ਨਹੀਂ ਹੈ, ਦੇਖਣ ਨੂੰ ਲੱਗਦਾ ਹੁੰਦਾ। ਕਬੀਰ ਜੀ ਦੇ ਨਾਂ ਹੇਠ ਬਹੁਤ ਹੈ, ਬਾਬਾ ਫਰੀਦ ਜੀ ਦੇ ਨਾਂ ਹੇਠ ਬਹੁਤ ਹੈ, ਕੱਚੀਆਂ ਬਾਣੀਆਂ ਬਾਹਰ ਬੜੇ ਬੜੇ ਗ੍ਰੰਥ ਲਿਖੇ ਪਏ ਹੈ, ਪਰ ਆਪਾਂ ਤਾਂ ਉਸੇ ਨੂੰ ਪਰਮਾਨੀਕ ਮੰਨਦੇ ਹਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਭਾਵੇਂ ਉਹਦਾ ਆਸ਼ਾ ਵੀ ਠੀਕ ਹੈ, ਕਬੀਰ ਤੇਰੀ ਝੌਂਪੜੀ ਗਲ ਕਟਿਨ ਕੇ ਪਾਸ, ਕਰਨਗੇ ਸੋ ਭਰਨਗੇ ਤੂੰ ਕਿਉਂ ਪਿਓ ਉਦਾਸ, ਇਹ ਗੁਰਬਾਣੀ ਨਹੀਂ ਹੈ। ਔਰ ਆਪਣੇ ਜਿਹੜੇ ਬਜ਼ੁਰਗ ਹੈ ਅਸੀਂ ਆਪ ਸੁਣੇ ਖੁਦ ਕਹਿੰਦੇ, ਗੁਰਬਾਣੀ ਕਹਿੰਦੀ ਹੈ ਨਾਲ ਅਸੀਂ ਤੁਕਾਂ ਬੋਲਦੇ, ਕੌਰੂ ਬਾਦਸ਼ਾਹ ਗਿਆ ਜੱਗੋ ਖਾਲੀ, 40 ਗੰਜ ਮਾਇਆ ਜੋੜ ਕੇ। ਮੈਂ ਇੱਕ ਬਜ਼ੁਰਗ ਨੂੰ ਸੁਣਿਆ ਸੀ ਆਪਣੇ ਪਿੰਡ ਕਹਿੰਦੇ ਨੂੰ ਵੀ ਇਹ ਗੁਰਬਾਣੀ ਹੈ, ਦਾਸ ਨੇ ਉਹਨੂੰ ਟੋਕਿਆ ਸੀ ਵੀ ਨਹੀਂ ਤਾਇਆ ਜੀ ਇਹ ਗੁਰਬਾਣੀ ਨਹੀਂ ਹੈ, ਊਂ ਤੁਸੀਂ ਬੋਲ ਦਿਓ ਠੀਕ ਹੈ, ਇਹਦਾ ਆਸ਼ਾ ਠੀਕ ਹੈ, ਪਰ ਇਹ ਗੁਰਬਾਣੀ ਨਹੀਂ ਹੈ। ਸੋ ਸੀਨੇ ਪਸੀਨੇ ਸਾਡੇ ਉਹ ਦਿਲੋਂ ਦਿਮਾਗ 'ਚ ਬੈਠ ਗਈਆਂ ਗੱਲਾਂ, ਪਿੱਛੇ ਤਾਂ ਨਾਨਕ ਪਾਦ ਆਉਂਦਾ, ਅਸੀਂ ਸਮਝਦੇ ਵੀ ਇਹ ਗੁਰਬਾਣੀ ਹੈ, ਨਹੀਂ ਹੁੰਦੀ ਗੁਰਬਾਣੀ। ਇੱਕ ਪਾਠੀ ਸੀ ਮੇਰੇ ਪਿੰਡ ਦੇ, ਹੁਣ ਨਹੀਂ ਹੈ ਉਹ ਗਿਆਨੀ ਜੀ, ਸਵੇਰੇ ਸਵੇਰੇ ਵਾਕ ਲੈਣ ਤੋਂ ਪਹਿਲਾਂ 5-10 ਵਾਕ ਬੋਲਦੇ ਹੁੰਦੇ ਸੀ ਮੁੱਖ ਵਾਕ ਤੋਂ ਪਹਿਲਾਂ, ਉਹਨਾਂ 'ਚੋਂ ਇੱਕ ਬੋਲਿਆ ਕਰਦੇ ਸੀਗੇ, ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ, ਜੱਗ ਸੁੱਤਾ ਤੂੰ ਜਾਗਦਾ ਤੇਰੀ ਡਾਢੇ ਨਾਲ ਪ੍ਰੀਤ, ਰੋਜ਼ ਬੋਲਦੇ ਸੀ। ਇੱਕ ਦਿਨ ਹੌਸਲਾ ਜਿਹਾ ਕਰਕੇ ਦਾਸਰਾ ਉੱਥੇ ਪਹੁੰਚ ਗਿਆ, ਉਹ ਗਿਆਨੀ ਜੀ ਨੂੰ ਬੇਨਤੀ ਕਰੀ, ਤਾਬੇ ਬੈਠੇ ਸੀ, ਵੀ ਗਿਆਨੀ ਜੀ ਬਾਕੀ ਸਾਰਾ ਕੁਝ ਠੀਕ ਆ, ਆਹ ਨਾ ਬੋਲਿਆ ਕਰੋ। ਕਹਿੰਦੇ ਇਹ ਬਾਣੀ ਨਹੀਂ ਹੈ। ਮੈਂ ਕਿਹਾ ਬਾਣੀ ਨਹੀਂ ਹੈ? ਕਹਿੰਦੇ ਅੱਛਾ, ਮੈਨੂੰ ਤਾਂ ਪਤਾ ਨਹੀਂ ਇਸ ਗੱਲ ਦਾ। ਮੈਂ ਕਿਹਾ ਨਹੀਂ, ਤੁਸੀਂ ਦੇਖ ਲਿਓ ਬਾਬੇ ਫਰੀਦ ਦੀ ਥੋੜ੍ਹੀ ਜਿਹੀ ਬਾਣੀ ਹੈ, ਸਾਰੀ 'ਚ ਪੜ੍ਹ ਕੇ ਦੇਖ ਲਿਓ।
तो चलो उदन तो उन्होंने फिर नहीं बोली, चंगी गल मान ली उन्होंने। इस तरह आपां नहीं पता होंदा, बहुत सारिया तुकां वो नहीं होंदिया गुरबाणी दी, आपां बोली जांदे सोहणी सुनाईआं गल्लां। इह प्रयोजन सी गुरु ग्रंथ साहिब जी दी संपादना दा, वी जिहड़ी कच्ची बाणी है उहदे नालों परमाणिक बाणी नूं अलग कर दित्ता जावे। तो यह परमाणिक जिहड़ी मोहर लगी हुई है, मुदावणी लगी हुई है गुरु ग्रंथ साहिब जी दे उपर, इस तों बाहर सिख दा ये मान लेना बई बई फलानी बाणी जिहड़ी वह बहुत पूजन योग है वह नहीं है। केवल पक्की बाणी नूं सिख पूज सकदा है, सत्कार सब दा कर वो गल होर है, सत्कार और पूजने च बड़ा अंतर होंदा है। साध संगत जी ये गल पहला भी कई बार दोहराई है, कई दफा ना असी लोग संगत जिहड़ी है अणभोलपणे च सत्कार नूं और पूजने नूं इक्को समझ बैठदे, नहीं दोवां च बड़ा अंतर है। गुरु साहब ने हुक्म करिया भी सत्कार सब दा करो, जे कोई दुश्मनी भी करता है कोई बुरा भी हैगा सत्कार उहदा भी करो, जे उहदे कोई चंगी गल है। गुरु साहब दसवें ने जिहड़ी बाणी लिखी है ना जफरनामा, उहदे च औरंगजेब दीआं सिफतां करियां चार पंज शेरां च जो उहदे च सीगियां असल विच। तो जिहड़ा महापुरश हुंदा है उह किसे दा निंदक तां हुंदा ही नहीं, जे किसे दा गुण देखदे आ तो गुण भी कहूगा, जे औगुण देखे औगुण भी कह दू। लानतां भी पाईआं औरंगजेब नूं पर उहदीआं वड़ियाईआं भी करियां जो सीगियां उहदे च। सो सत्कार करना एक अलग गल है, पूजना बहुत ऊंची गल है। पूजना सिखने केवल गुरु नूं है या कोई विरला संत चौथे पद वाला जिन्हों आपां समझदे हां, जरूरी नहीं भी संत होवे, बहुत विरला हुंदा, करोड़ां चों कोई इक अद्धा ही हुंदा। बाबा जी दी याद आ जांदी नदलपुर वालिआं दी, संत जीत सिंह जी दी, कोई विरला वैसा जिहदे अंदर कुछ भी काम क्रोध लोभ मोह अहंकार माया तृष्णा कुछ भी ना होवे, गुरु वल्लों बख्शिया वा होवे, होमे रहत हो, उहनूं पूजना जा सकदा है। गुरबाणी मना नहीं करती है, लेकिन उस चौथे पद की आड़ दे विच बहुत कुछ हो रहा है, आपां नूं समझ नहीं हुंदी, आपां फिर उन्हां नूं भी पूजी जांदे। सत्कार करो चंगी गल है, कोई बंदा देखो दस रहा है प्रचार करता थोड़ा गुरमत दा गुरबाणी दा, सत्कार कर लो, पर जे तुसीं पूजना चाहो तो दस रहा तो मना करूगा ये गल नूं, क्योंकि ये गल है नहीं इस तरह की। जे मेरे मन च इच्छा होगी फिर मैं सगों कहूँगा भी मैनू पूजो। सच्चा अंदर तो सच्चा होना बड़ा मुश्किल है, कह दिंदा बंदा मैं सच बोलदा, नहीं बोलता हों असल च सच, सच दियाँ बड़िया तहां होंदियां, लगता हों बंद भी मैं सच बोलदा, जिदन सच का मौका आना उदन नहीं बोलिया जाना। जे अपने मुंडे कुड़ी ने कोई गलती कर ली उत्थे नहीं बोल आना सच, लोगों खातर सच बोलदा। ये समझ वाली गल्लां हैं गुरमत दियाँ, बहुत डूंघाइया हैं, थोड़ी बहुत ही समझ आती, सारी तो फिर भी नहीं आती है। हूँ भावें असी दावा कर लिए भी असी गुरमत नूं जानते हैं, नहीं नहीं साध संगत जी बड़े मुश्किल है गुरमत का जानना। छोटी छोटी गल जब बदलती उहदे नाल ही सिधांत बिल्कुल बदल जाता है। जिमें आप जी नाल सांझी करां बात, पैंदे खां ਪੈਂਦੇ ਖਾਂ ਗੁਰੂ ਸਾਹਿਬ ਛੇਵੇਂ ਕੋਲ ਸੀ, ਉਹਨਾਂ ਨੇ ਪਾਲਿਆ ਬਦਾਮਾਂ ਨਾਲ ਖੀਰਾਂ ਨਾਲ, ਕਿਉਂਕਿ ਚੜ੍ਹਾ ਗਏ ਸੀ ਉਹਦੇ ਮਾਂ ਬਾਪ, ਜਵਾਈ ਪਿੱਛੇ ਰੁੱਸ ਗਿਆ ਬਾਜ ਪਿੱਛੇ। ਪੈਂਦੇ ਖਾਂ ਨੂੰ ਕਿਹਾ ਉਹਦੇ ਜਵਾਈ ਨੇ ਆ ਕੇ, ਬਈ ਤੁਸੀਂ ਸਾਰਾ ਦਿਨ ਗੁਰੂ ਦੀ ਰੱਟ ਲਾਈ ਜਾਂਦੇ, ਗੁਰੂ ਦੇ ਸਿੱਖ ਮੇਰਾ ਬਾਜ ਤਾਂ ਦਿੰਦੇ ਨਹੀਂ ਹੈ, ਦੁਆਓ। ਉਹ ਕਹਿੰਦੇ ਕੋਈ ਨਹੀਂ ਭਾਈ ਦੁਆ ਦਿੰਦੇ। ਬੁਲਾਇਆ ਸਿੱਖਾਂ ਨੂੰ, ਭਾਈ ਸਿੱਖੋ ਪੈਂਦੇ ਦਾ ਜਵਾਈ ਰੁੱਸਦਾ ਹੈ, ਤੁਸੀਂ ਉਹਦਾ ਬਾਜ ਦੇ ਦਿਓ। ਕਹਿੰਦੇ ਜੀ ਦੇ ਦਿੰਦੇ ਸੱਤ ਵਜਨ, ਪਰ ਸਾਡਾ ਇੱਕ ਸ਼ੰਕਾ ਦੂਰ ਕਰੋ, ਦੱਸੋ ਜੇ ਕੋਈ ਕਿਸੇ ਦੀ ਸ਼ਰਨ ਆ ਜਾਵੇ ਉਹਦੀ ਰੱਖਿਆ ਕਰਨੀ ਬਣਦੀ ਹੈ ਕਿ ਨਹੀਂ। ਛੇਵੇਂ ਪਾਤਸ਼ਾਹ ਕਹਿੰਦੇ ਭਾਈ ਆਪਣੀ ਜਾਨ ਦੇ ਕੇ ਵੀ ਬਣਦੀ। ਕਹਿੰਦੇ ਜੀ ਹੁਣ ਐਂ ਦੱਸੋ ਵੀ ਬਾਜ ਬਿਲਕੁਲ ਪੈਂਦੇ ਖਾਂ ਨੇ ਤੀਰ ਮਾਰਿਆ ਸੀਗਾ ਉਹਦੇ ਜਵਾਈ ਨੇ, ਉਹ ਕਲਾਬਾਜ਼ੀਆਂ ਖਾਂਦਾ ਸਾਡੇ ਚਰਨਾਂ 'ਚ ਗਿਰ ਗਿਆ ਸੀ, ਜੰਗਲ 'ਚ ਬੈਠੇ ਸੀ ਸ਼ਿਕਾਰ ਖੇਡ ਕੇ ਹਟੇ, ਉਹਨੂੰ ਅਸੀਂ ਪਾਣੀ ਧਾਣੀ ਪਿਲਾਇਆ, ਉਹ ਠੀਕ ਹੈ ਹੁਣ ਦੇ ਦਈਏ। ਕਹਿੰਦੇ ਬਿਲਕੁਲ ਨਹੀਂ ਦੇਣਾ। ਉਹੀ ਗੁਰੂ ਸਾਹਿਬ ਹੈ
ਉਹੀ ਸਿੱਖ ਹੈ, ਉਹੀ ਪੈਂਦਾ ਔਰ ਪੈਂਦੇ ਦਾ ਜਵਾਈ ਹੈ। ਇੱਕ ਸੈਕਿੰਡ ਦੇ ਵਿੱਚ ਜਿਹਦੇ ਸਿਧਾਂਤ ਦੂਜਾ ਲਾਗੂ ਹੋ ਗਿਆ। ਪਹਿਲਾਂ ਕਹਿ ਰਹੇ ਦੇ ਦਿਓ, ਬਾਅਦ ਜਦ ਗੱਲ ਦੂਜੀ ਸਾਹਮਣੇ ਆ ਗਈ ਨਹੀਂ ਦੇਣਾ। ਔਰ ਉਸੇ ਪਿੱਛੇ ਪੈਂਦੇ ਖਾਂ ਨਾਰਾਜ਼ ਹੋ ਕੇ ਚਲਾ ਗਿਆ ਜਲੰਧਰ ਤੋਂ ਔਰ ਲਾਹੌਰ ਤੋਂ ਫੌਜਾਂ ਲੈ ਕੇ ਆਇਆ। ਉਹ ਤਾਂ ਪਹਿਲਾਂ ਹੀ ਦੰਦ ਕਲਾਂ ਧਰੀ ਹੋਈ ਸੀ ਉਹਨਾਂ ਨੇ, ਪੈਂਦਾ ਨਾਲ ਜਾ ਰਲਿਆ। ਸ੍ਰੀ ਕਰਤਾਰਪੁਰ ਸਾਹਿਬ ਦਾ ਯੁੱਧ ਹੋਇਆ ਉਸੇ ਗੱਲ ਪਿੱਛੇ। ਆਪਾਂ ਕਈ ਦਫ਼ਾ ਵਿਚਾਰੀਆਂ ਜਿਹੀਆਂ ਗੱਲਾਂ ਕਰਦੇ ਹੁੰਦੇ ਵੀ ਲੈ ਕਿਆ ਲੋੜ ਤੀ, ਸੁਣਿਆ ਦਾਸ ਨੇ ਇਸ ਤਰ੍ਹਾਂ ਗੱਲਾਂ ਕਰਦਾ। ਸਿੱਖੀ ਐਸੀ ਨਹੀਂ ਹੈ, ਸਿੱਖੀ ਕੰਡੇ ਦੀ ਧਾਰ ਹੈ, ਖੰਡੇ ਦੀ ਧਾਰ ਹੈ। ਸਿਧਾਂਤ ਦੇ ਉੱਤੇ ਸਿੱਖ ਦਾ ਮਿਟ ਜਾਣਾ ਇਹ ਹੈ ਸਿੱਖੀ। ਜੇ ਜਵਾਨ ਬਦਲਦਾ ਫਿਰ ਸਿੱਖ ਨਹੀਂ, ਗੁਰੂ ਦਾ ਸਿੱਖ ਤਾਂ ਹੈ ਨਹੀਂ। ਜਵਾਨ ਬਦਲਣੀ ਤਾਂ ਸਾਹਿਬਜ਼ਾਦਿਆਂ ਖਾਤਰ ਵੀ ਬੜੀ ਸੌਖੀ ਸੀ, ਜੁੱਤੀ ਦਿਖਾਈ ਉਹਨੂੰ, ਦ੍ਰਿੜ ਰਹੇ ਆਪਣੇ ਗੱਲ ਦੇ ਉੱਤੇ, ਪਹਿਲਾਂ ਪੈਰ ਕਰ ਲਏ ਅੱਗੇ, ਚਰਨ ਅੱਗੇ ਕਰੇ। ਸਿੱਖੀ ਸਿਧਾਂਤ ਹੋਰ ਹੈ। ਆਪਾਂ ਜਿਹੜੀਆਂ ਲਾਓ ਵਿਚਾਰੀਆਂ ਜਿਹੀਆਂ ਕਰਦੇ ਹੁੰਦੇ ਉਹ ਹੋਰ ਗੱਲਾਂ, ਚਾਹੇ ਆਪਾਂ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਆਪਣੇ ਆਪ ਨੂੰ ਜਸਟੀਫਾਈ ਵੀ ਕਰੀ ਜਾਂਦੇ ਵੀ ਅਸੀਂ ਠੀਕ ਹਾਂ ਜੀ, ਗੱਲ ਨਹੀਂ ਹੁੰਦਾ ਬੰਦਾ ਠੀਕ। ਇਹ ਹੋਮੇ ਦਾ ਚੱਕਰ ਹੈ ਸਾਰੇ, ਹੋਮੇ ਨਿਕਲਣ ਤੋਂ ਬਿਨਾਂ ਬੰਦਾ ਠੀਕ ਹੋ ਹੀ ਨਹੀਂ ਸਕਦਾ। ਈਗੋ, ਵੈਨਿਟੀ, ਹੰਕਾਰ, ਅਭਿਮਾਨ, ਕਈ ਸ਼ਬਦ ਆਉਂਦੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਹੁਣ ਇਹ ਹੰਕਾਰ ਇੰਨੀ ਸੌਖੀ ਗੱਲ ਵੀ ਨਹੀਂ ਵੀ ਅਸੀਂ ਆਪਣੇ ਤੌਰ ਪਰ ਕੱਢ ਦਈਏ। ਇਹ ਹੰਕਾਰ ਹੋਮੇ ਨੂੰ ਮਿਟਾਉਣ ਖਾਤਰ ਹੀ ਸਾਰੀ ਬਾਣੀ ਹੈ। ਇਕੱਲਾ ਇਕੱਲਾ ਸ਼ਬਦ, ਇਕੱਲੀ ਇਕੱਲੀ ਤੁਕ ਹੋਮੇ ਦਾ ਖਾਤਮਾ ਕਰਨ ਦਾ ਪ੍ਰਯੋਜਨ ਹੈ ਉਹਦੇ 'ਚ। ਆਪਾਂ ਤਾਂ ਕੁਛ ਹੋਰ ਤਰੀਕੇ ਨਾਲ, ਦੁਨੀਆਦਾਰ ਹੈ, ਕਬੀਲਦਾਰ ਕਹਿ ਲਓ, ਤ੍ਰੈਗੁਣੀ ਕਹਿ ਲਓ, ਆਪਾਂ ਤਾਂ ਇਹ ਵੀ ਪਾਠ ਕਰਦੇ ਹਾਂ ਵੀ ਮੇਰੀ ਔਲਾਦ ਠੀਕ ਰਹੇ, ਮੇਰੇ ਬੱਚੇ ਠੀਕ ਰਹੇ, ਮੇਰੇ ਡੰਗਰ ਪਸ਼ੂ ਠੀਕ ਰਹੇ, ਇਸ ਕਰਕੇ ਕਰਦੇ ਮੋਸਟਲੀ। ਮਾਫ ਕਰਿਓ, ਠੀਕ ਹੈ ਸਾਡਾ ਪਿਤਾ ਹੈ, ਕਰ ਸਕਦੇ ਹਾਂ, ਪਰ ਨਿਰੋਪਰੀ ਇਹੀ ਗੱਲ ਨਹੀਂ ਪਕੜ ਕੇ ਬਹਿਣਾ, ਉਹਦੇ ਵਿੱਚ ਵੀ ਕੁਛ ਲਿਖਿਆ ਹੋਇਆ ਸੰਦੇਸ਼ ਹੈ ਉਹ ਪਕੜਨਾ। ਹੁਣ ਇੱਕ ਓਅੰਕਾਰ ਹੈ ਸਭ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਇਹ ਕਾ ਲੱਗਿਆ ਹੋਇਆ ਜੀ, ਹਰ ਬਾਣੀ ਦੇ ਅੱਗੇ ਵੀ ਲੱਗਦਾ, ਉਹ ਸਾਨੂੰ ਇਹ ਕਿਹਦੀ ਵੀ ਸਮਝ ਨਹੀਂ। ਮੈਨੂੰ ਮਾਫ ਕਰਿਓ, ਕਿਵੇਂ ਜੇ ਇਹ ਕਿਹਦੀ ਸਮਝ ਹੋਵੇ ਤਾਂ ਸਮਾਧ ਪਰ ਮੱਥਾ ਨਹੀਂ ਟੇਕ ਸਕਦਾ ਸਿੱਖ ਕਦੇ ਵੀ, ਕਿਸੇ ਬਿਰਮੀ 'ਚ ਦੁੱਧ ਨਹੀਂ ਪਾ ਸਕਦਾ, ਕਿਸੇ ਜੋਤਸੀ ਕੋਲ ਨਹੀਂ ਜਾ ਸਕਦਾ, ਕਿਸੇ ਸੌਣ ਸ਼ਾਸਤਰ 'ਚ ਬਿਲੀਵ ਨਹੀਂ ਕਰ ਸਕਦਾ ਵੀ ਬਿੱਲੀ ਨੇ ਰਸਤਾ ਕੱਟਤਾ, ਝੋਟਾ ਮਿਲ ਗਿਆ ਸਾਹਮਣੇ, ਜਾਂ ਪੰਡਿਤ ਮਿਲ ਗਿਆ, ਜਾਂ ਲੰਬੜਦਾਰ ਮਿਲ ਗਿਆ, ਕੰਮ ਨਹੀਂ ਬਣਨਾ। ਇਸ ਅੰਧ ਵਿਸ਼ਵਾਸ ਇਸ ਕਰਕੇ ਹੋ ਰਿਹਾ ਵੀ ਏਕੇ ਪਰ ਸਾਡੀ ਸੁਰਤੀ ਨਹੀਂ ਹੈ, ਹਾਲਾਂਕਿ ਪਹਿਲਾ ਅੱਖਰ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਤੁਸੀਂ ਆਪ ਦੇਖ ਲਓ ਆਪਣੇ ਮਨਾਂ 'ਚ ਮਾਰ ਕੇ ਝਾਤੀ। ਪਹਿਲੀ ਗੱਲ ਤਾਂ ਸਾਰੇ ਹੀ ਕਰਦੇ ਹਾਂ, ਚਲੋ ਕੋਈ ਰੱਬ ਦਾ ਬਖਸ਼ਿਆ ਵਾ ਸਿੱਖ ਹੁੰਦਾ, ਕੋਈ ਕੋਈ ਵਿਰਲਾ, ਉਹਦੇ ਪਰਿਵਾਰ ਵਾਲੇ ਨਹੀਂ ਹਟਦੇ, ਉਹ ਕਰਦੇ, ਬੀਬੀਆਂ ਕਰਦੀਆਂ, ਕੋਈ ਮਾਂ ਬਾਪ ਹੈ ਉਹ ਕਰੀ ਜਾਂਦੇ, ਨਹੀਂ ਹਟਣਾ, ਇੱਕ ਇੱਕ ਖੜ੍ਹੇ ਨਹੀਂ ਹੁੰਦਾ। ਗੁਰਬਾਣੀ ਦਾ ਪ੍ਰਯੋਜਨ ਇਹੀ ਹੈ ਵੀ ਇੱਕ ਪਰ ਖੜ੍ਹ ਜਾਓ, ਸਾਰੀ ਬਾਣੀ ਇਹੀ ਗੱਲ ਦੁਹਰਾ ਰਹੀ ਹੈ ਵਾਰ 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 ਵਾਰ, ਭਾਵੇਂ ਭਾਸ਼ਾ ਕੋਈ ਵੀ ਹੈ, ਸ਼ਬਦ ਕੋਈ ਵੀ ਆਵੇ, ਉਹਨਾਂ ਦਾ ਜਿਹੜਾ ਅੰਦਰ ਭਾਵ ਹੈ ਉਹ ਇਹੀ ਹੈ ਵੀ ਇੱਕ ਪਰ ਆ ਜਾਓ। ਇਸੇ ਕਰਕੇ ਚੌਥੇ ਪਦ ਵਾਲੇ ਦੀ ਵਡਿਆਈ ਕਰੀ ਹੈ ਗੁਰਬਾਣੀ ਨੇ ਵੀ ਉਹ ਇੱਕ ਪਰ ਖੜ੍ਹਾ ਹੁੰਦਾ ਹਮੇਸ਼ਾ, ਜਿਹੜਾ ਇੱਕ ਪਰ ਨਹੀਂ ਖੜ੍ਹਾ, ਜਿਹੜਾ ਵੀ ਦੇਖਿਆ ਉਸੇ ਨੂੰ ਪੂਜਣ ਲੱਗ ਗਿਆ, ਉਹਨੂੰ ਗੁਰਬਾਣੀ ਮਾਨਤਾ ਨਹੀਂ ਦਿੰਦੀ। ਸਤਿਕਾਰ ਹੋਰ ਚੀਜ਼ ਹੈ, ਮਾਨਤਾ ਨਹੀਂ ਦਿੰਦੀ, ਉਹਨੂੰ ਪੂਜਣਾ ਨਹੀਂ ਹੁੰਦਾ ਕਦੇ ਵੀ। ਸਾਧ ਸੰਗਤ ਜੀਓ, ਵੈਸੇ ਤਾਂ ਅੱਜ ਕੱਲ੍ਹ ਹਰ ਗੱਲ ਦਾ ਬਵੇਲਾ ਖੜ੍ਹਾ ਹੋ ਜਾਂਦਾ ਹੈ, ਛੋਟੀ ਜਿਹੀ ਗੱਲ ਵੀ ਕੋਈ ਕਹੀ ਜਾਵੇ ਨੈੱਟ ਪਰ ਜਦੇ ਕੁਛ ਤੇ ਕੁਛ ਹੋ ਜਾਂਦਾ ਹੈ, ਕੁਛ ਹੁੰਦੀ ਹੈ ਗੱਲ, ਕੁਛ ਤੋੜ ਮਰੋੜ ਕੇ ਡਿਸਟੋਰਟ ਕਰਕੇ ਪੇਸ਼ ਕਰ ਦਿੰਦੇ। ਪਰ ਕਿਉਂਕਿ ਆਪਾਂ ਗੁਰੂ ਨਾਲ ਜੁੜੇ ਹਾਂ ਤਾਂ ਗੁਰੂ ਦੀ ਗੱਲ ਤਾਂ ਕਰਨੀ ਓ ਕਰਨੀ ਬਣਦੀ ਹੈ। ਜੇ ਗੁਰੂ ਸਾਹਿਬ ਤੱਤੀ ਤਵੀ ਪਰ ਬਹਿ ਸਕਦੇ ਹਾਂ, ਫਿਰ ਅਸੀਂ ਉਹਨਾਂ ਦੇ ਸਿੱਖ ਕਾਹਦੇ ਹੋਏ, ਜੇ ਸਾਡੇ ਅੰਦਰ ਥੋੜ੍ਹਾ ਬਹੁਤਾ ਵੀ ਨਹੀਂ, ਮਾੜੀ ਜਿਹੀ ਗੱਲ ਤੋਂ ਡਰ ਗਏ ਐਵੇਂ, ਫਿਰ ਸਿੱਖ ਨਹੀਂ ਹੈ। ਗੁਰੂ ਸਾਹਿਬ ਨੇ ਤਾਂ ਉਹ ਕਾਰਨਾਮੇ ਕਰੇ ਹੈ ਸਾਰੇ ਗੁਰੂ ਸਾਹਿਬਾਨਾਂ ਨੇ, ਆਪ ਜੀ ਤਾਂ ਜਾਣੂ ਹੈ, ਆਪਣੇ ਪੁੱਤਰਾਂ ਨੂੰ ਸਾਹਮਣੇ ਸ਼ਹੀਦ ਕਰਾ ਕੇ ਜਕਾਰਾ ਛੱਡਿਆ,
ਜੇ ਅਸੀਂ ਇੰਨਾ ਨਹੀਂ ਕਰ ਸਕਦੇ ਤਾਂ ਕਮ ਸੇ ਕਮ ਇਹ ਸੋਚ ਤਾਂ ਸਕਦੇ ਹਾਂ ਨਾ ਵੀ ਚਲੋ ਜੇ ਮਹਾਰਾਜ ਨੇ ਲੈ ਲਈ ਭਾਈ ਸ਼ਹੀਦ ਦੀ ਮੇਰੇ ਬੱਚੇ ਦੀ ਵੀ ਠੀਕ ਹੈ, ਉਹ ਤਾਂ ਹੁਕਮ ਸੀ ਉਹਦੇ ਉਹਦੇ ਹੀ ਰਹਿਮਤ ਸੀਗੀ, ਆਪਣੀ ਵਾਪਸ ਲੈ ਲਈ ਅਮਾਨਤ ਉਹਨੇ। ਪਰ ਨਹੀਂ, ਸਾਡਾ ਤਾਂ ਕੁਛ ਹੋ, ਅਸੀਂ ਕਿਉਂਕਿ ਅਸੀਂ ਤਰੇ ਗੁਣਾਂ 'ਚ, ਸਾਡਾ ਹਰ ਵਕਤ ਮਨ ਹੈ ਜਿਹੜਾ ਉਹ ਭਟਕਦਾ। ਭਟਕਣੇ ਤੋਂ ਹਟਣਾ ਹੀ ਉੱਦਣ ਜਿੱਦਣ ਹੋਮੇ ਨਿਕਲ ਗਈ ਅਤੇ ਏਕੇ 'ਚ ਮਨ ਆ ਗਿਆ। ਨਹੀਂ, ਇਹ ਮਨ ਭਟਕਣੇ ਤੋਂ ਹਟਦਾ ਨਹੀਂ। ਕਿੰਨਾ ਹੀ ਕੋਈ ਕਹੀ ਜਾਵੇ ਵੀ ਮੇਰਾ ਖੜ ਗਿਆ, ਮਨ ਨਹੀਂ ਖੜਦਾ, ਕਦੇ ਨਾ ਕਦੇ ਫਿਰ ਡੋਲ ਜਾਂਦਾ। ਸੋ ਗੁਰੂ ਅਰਜਨ ਦੇਵ ਜੀ ਨੇ ਜਿਹੜੀ ਸੰਪਾਦਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਰੀ ਹੈ, ਪੜ੍ਹ ਕੇ ਦੇਖੋ, ਤੁਹਾਡੇ 'ਚੋਂ ਕੁਛ ਤਾਂ ਪੜ੍ਹਦਾ ਹੀ ਹੈ। ਵੀ ਨਾਮ ਤੋਂ ਬਿਨਾਂ ਦੂਜੀ ਗੱਲੇ ਨਹੀਂ ਕੋਈ, ਇੱਕ ਹੋਮ ਹੈ ਇੱਕ ਨਾਮ, ਬਸ ਦੋਵੇਂ ਸ਼ਬਦ ਨਜ਼ਰ ਆਉਂਦੇ, ਹੋਰ ਤੀਜਾ ਤਾਂ ਕੋਈ ਦਿਖਦਾ ਨਹੀਂ ਵਿੱਚ। ਹੋਮੇ ਦਾ ਜ਼ਿਕਰ ਵਾਰ ਵਾਰ ਆਉਂਦਾ ਅਤੇ ਨਾਲ ਨਾਮ ਦਾ ਆਉਂਦਾ। ਹੋਮੇ ਨਿਕਲ ਗਈ, ਨਾਮ ਆ ਗਿਆ। ਜੇ ਨਾਮ ਅੰਦਰ ਨਹੀਂ ਹੈ ਤਾਂ ਹੋਮੇ ਅੰਦਰ ਬੈਠੀ ਹੈ, ਚਾਹੇ ਅਸੀਂ ਕਬੂਲ ਕਰੀਏ ਚਾਹੇ ਨਾ ਕਰੀਏ, ਹੁੰਦੀ ਅੰਦਰ। ਇੱਕ ਵਾਰ ਦੀ ਗੱਲ ਹੈ, ਕਿਤੇ ਦੱਸ ਰਹੇ ਨੇ ਕਥਾ ਕਰੀ, ਬੋਰਡ 'ਤੇ ਲਿਖ ਕੇ ਕਰ ਰਿਹਾ ਸੀ ਚਵਾਰੇ 'ਚ, ਉੱਥੇ ਇੱਕ ਮਾਈ ਖੜ੍ਹੀ ਹੋ ਗਈ, ਕਿਉਂਕਿ ਕਿਹਾ ਸੀ ਵੀ ਭਾਈ ਪੁੱਛਿਓ ਜਿਹਦਾ ਕੋਈ ਸਵਾਲ ਹੋਇਆ, ਜਿੰਨਾ ਕੁ ਹੋ ਸਕਦਾ ਹੋਇਆ ਕਰਾਂਗਾ। ਉਹ ਮੈਨੂੰ ਕਹਿੰਦੀ, ਪੁੱਤ, ਉਦੋਂ ਮੇਰੇ ਕਾਲੇ ਸੀਗੇ ਦਾੜਾ, ਕਹਿੰਦੀ ਪੁੱਤ ਤੇਰੀਆਂ ਬਾਕੀ ਗੱਲਾਂ ਤਾਂ ਠੀਕ ਹੈ, ਬਈ ਮੈਨੂੰ ਇੱਕ ਗੱਲ ਨਹੀਂ ਤੇਰੀ ਚੰਗੀ ਲੱਗੀ। ਮੈਂ ਕਿਹਾ ਬੇਬੇ ਦੱਸ, ਸੰਗਤ ਵਿੱਚ ਕਿਹੜੀ ਨਹੀਂ ਚੰਗੀ ਲੱਗੀ? ਕਹਿੰਦੀ ਤੈਂ ਐਂ ਕਿਹਾ, ਇਸ ਤਰ੍ਹਾਂ ਹੀ ਬੋਲੀ, ਮੈਂ ਤੁਹਾਨੂੰ ਉਹਦੇ ਹੀ ਸ਼ਬਦ ਦੱਸ ਰਿਹਾ, ਬਈ ਰਾਵਣ ਨਾਲੋਂ ਅਸੀਂ ਵੱਧ ਹੰਕਾਰੀ ਹੈ। ਵੀ ਰਾਵਣ ਤਾਂ ਢਹਿ ਜਾਣਾ ਕਿਹਾ ਉਹਨੇ ਸ਼ਬਦ, ਮੈਂ ਉੱਕਣੇ ਬੋਲ ਰਿਹਾ, ਸਾਡੇ ਏਰੀਏ ਦੀ ਬੋਲੀ ਹੈ, ਰਾਵਣ ਤਾਂ ਢਹਿ ਜਾਣਾ, ਸੀਤਾ ਨੂੰ ਚੱਕ ਲੈ ਗਿਆ ਤਾ, ਉਹ ਤਾਂ ਮਾੜਾ ਤਾ, ਅਸੀਂ ਉਹਦੇ ਵਰਗੇ ਨਹੀਂ ਹੈ। ਮੈਂ ਕਿਹਾ ਅੱਛਾ ਬੇਬੇ, ਕਿੰਨੇ ਪੁੱਤ ਹੈ? ਪੰਜ ਹੈ। ਫਿਰ ਦਾਸਰਾ ਨਹੀਂ ਬੋਲਿਆ, ਮਾਤਾ ਫਿਰ ਸੰਗਤ ਵੀ ਚੱਲ ਪਈ, ਪੰਜੇ ਵੀ ਆਏ ਹੋਏ ਹੈ, ਪੰਜਾਂ ਨੇ ਵਾਲੀਆਂ ਪਾਈਆਂ, ਮੇਰੇ ਵਰਗੀਆਂ ਹੋ ਗਈਆਂ ਹੋਰ। ਮੈਂ ਕਿਹਾ ਬੇਬੇ ਆਹੀ ਕੁਛ ਹੈ, ਬਸ ਆਹੀ ਹੋਮੇ ਅੰਦਰ ਬੋਲਦੀ ਹੈ, ਹਰ ਪਾਸਿਆਂ 'ਤੇ ਹੋਮੇ ਆਉਂਦੀ, ਚਾਹੇ ਕੋਈ ਛੋਟਾ ਚਾਹੇ ਬੜਾ, ਹਰ ਇੱਕ ਦੇ ਅੰਦਰ, ਚਾਹੇ ਕੋਈ ਗਿਆਨੀ ਹੈ ਚਾਹੇ ਕੋਈ ਕਥਾਵਾਚਕ ਹੈ ਚਾਹੇ ਕੁਛ ਵੀ ਹੈ, ਚਾਹੇ ਪ੍ਰੋਫੈਸਰ ਹੈ ਚਾਹੇ ਵਕੀਲ ਹੈ ਚਾਹੇ ਡਾਕਟਰ ਹੈ, ਸਭ ਦੇ ਅੰਦਰ ਹੋਮੇ ਬੋਲਦੀ ਹੈ। ਹੰਕਾਰ ਥੋੜ੍ਹਾ ਜਿਹਾ ਜ਼ਿਆਦਾ ਗਤੀ 'ਚ ਹੁੰਦੀ ਹੈ, ਤੀਬਰਤਾ ਹੁੰਦੀ ਹੈ ਹੋਮੇ ਦੀ, ਹੋਮੇ ਥੋੜ੍ਹੀ ਜਿਹੀ ਨਰਮ ਹੁੰਦੀ ਹੈ। ਹੰਕਾਰੀ ਨੂੰ ਤਾਂ ਆਪਾਂ ਬੁਰਾ ਗਿਣਦੇ ਹਾਂ ਸਭ ਨੂੰ, ਜੇ ਕੋਈ ਉੱਚਾ ਬੋਲਦਾ ਹੋਇਆ ਉੱਚਾ ਐਕਸ਼ਨ ਕਰਦਾ ਹੈ, ਪਰ ਹੋਮੇ ਕਿਉਂਕਿ ਸਾਡੇ ਅੰਦਰ ਵੀ ਆਪਾਂ ਸਭ ਦੀ ਇੱਕ ਦੂਆ ਬਰਦਾਸ਼ਤ ਕਰੀ ਜਾਂਦੇ ਲੋਕ ਹੈ ਜਿਹੜੇ, ਲੇਕਿਨ ਗੁਰੂ ਸਾਹਿਬ ਕਹਿੰਦੇ ਵੀ ਇਹਨੂੰ ਵੀ ਕੱਢ ਬਾਹਰ ਜੇ ਪਰਮਾਤਮਾ ਦੀ ਨੇੜਤਾ ਕਰ। ਜਿੰਨਾ ਚਿਰ ਹੋਮੇ ਅੰਦਰ ਬੈਠੀ ਹੈ ਉਨਾ ਚਿਰ ਨੇੜਤਾ ਨਹੀਂ, ਜੋ ਮਰਜ਼ੀ ਕਰੀ ਜਾ ਨਹੀਂ ਹੋਏਗੀ। ਹੋਮੇ ਦਾ ਨਾਮ ਦੇ ਨਾਲ ਸਿੱਧਾ ਡਾਇਰੈਕਟ ਵਿਰੋਧ ਹੈ। ਜਦ ਅੰਦਰ ਹੋਮੇ ਬੈਠੀ ਹੈ ਤਾਂ ਨਾਮ ਦਾ ਮਤਲਬ ਹੀ ਨਹੀਂ ਆਉਂਦਾ। ਫਿਰ ਕਈ ਦਫ਼ਾ ਸਾਨੂੰ ਨਾਮ ਬਾਰੇ ਵੀ ਭੁਲੇਖਾ ਪੈਂਦਾ ਹੈ, ਸ਼ਾਇਦ ਆਪ ਜੀ ਨੂੰ ਵੀ ਹੋਊਗਾ। ਸਾਧ ਸੰਗਤ ਜੀਓ, ਰੱਬ ਦਾ ਨਾਂ, ਰੱਬ ਦਾ ਨਾਮ ਅਤੇ ਨਾਮ ਜਿਹੜਾ ਗੁਰਬਾਣੀ ਵਿੱਚ ਵਿਦਤ ਹੈ, ਦੋਹਾਂ ਦੇ ਵਿੱਚ ਕੁਛ ਅੰਤਰ ਹੈ। ਨੈੱਟ ਪਰ ਵੀ ਪਈ ਹੋਈ ਹੈ, ਸੁਣ ਲਿਓ। ਰੱਬ ਦਾ ਨਾਂ ਬੜਾ ਪਵਿੱਤਰ ਹੈ, ਚਾਹੇ ਉਹ ਅੱਲਾ ਹੈ, ਚਾਹੇ ਵਾਹਿਗੁਰੂ ਹੈ, ਚਾਹੇ ਰਾਮ ਹੈ, ਚਾਹੇ ਜੀਹੋਵਾਹ ਹੈ, ਚਾਹੇ ਜਗਜੀਵਨ ਹੈ, ਚਾਹੇ ਕੁਛ ਵੀ ਹੈ, ਗੋਪਾਲ ਹੈ। ਪਰ ਜਿਹੜੇ ਨਾਮ ਦੀ ਬਾਤ ਗੁਰਬਾਣੀ ਨੇ ਪਾਈ ਹੈ, ਉਹ ਇਹੀ ਰੱਬ ਦਾ ਨਾਂ ਕਿਸੇ ਖਾਸ ਦਸ਼ਾ ਦੇ ਵਿੱਚ ਮਨ ਦੇ ਵਿੱਚੋਂ ਉੱਠਦਾ ਹੈ। ਜਦੋਂ ਹੋਮੇ ਟੁੱਟਦੀ ਹੈ, ਗੁਰੂ ਤੋੜਦਾ ਹੈ ਔਰ ਅੰਦਰ ਨਾਮ ਟਿਕਾ ਦਿੰਦਾ ਹੈ, ਉਹ ਜਿਹੜਾ ਅੰਦਰ ਤੇ ਸਪੋਂਟੇਨੀਅਸਲੀ ਫਿਰ ਵਾਹਿਗੁਰੂ ਸ਼ਬਦ ਨਿਕਲੂਗਾ, ਕਿਸੇ ਦੇ ਰਾਮ ਨਿਕਲੂ, ਕਿਸੇ ਦੇ ਅੱਲਾ ਨਿਕਲੂ, ਉਹਨੂੰ ਨਾਮ ਕਹਿੰਦੀ ਹੈ ਗੁਰਬਾਣੀ। ਹੁਣ ਇਹਦੇ ਜਦ ਆਪਾਂ ਗੁਰਬਾਣੀ ਨੂੰ ਉੱਪਰੋਂ ਉੱਪਰੋਂ ਲੈਂਦੇ ਹਾਂ, ਅਰਥ ਆਪਣੀ ਮਰਜ਼ੀ ਦਾ ਸਮਝ ਲੈਂਦੇ ਵੀ ਆਹ ਹੈ, ਉਹ ਉੱਕਣ ਹੁੰਦਾ ਹੀ ਨਹੀਂ। ਜਦੋਂ ਪੂਰੀ ਨਹੀਂ ਹੁੰਦੀ ਗੱਲ, ਫਿਰ ਆਪਣਾ ਭਰੋਸਾ ਹਿੱਲ ਜਾਂਦਾ ਵੀ ਚਲੋ ਹੁਣ ਲਾਲਾਲੇ ਦੇ ਚੱਲੀਏ, ਹੁਣ ਬਿਰਮੀਆਂ 'ਚ ਦੁੱਧ ਪਿਆ ਹੀ ਹੈ। ਕਿਵੇਂ? ਸਰਵ ਰੋਗ ਕਾ ਔਖਦ ਨਾਮ, ਸੁਖਮਨੀ ਸਾਹਿਬ। ਜਦ ਆਪਾਂ ਨੂੰ ਕੋਈ ਭੀੜ ਪੈਂਦੀ ਆਪਾਂ ਵਾਹਿਗੁਰੂ ਵਾਹਿਗੁਰੂ ਬਹੁਤ ਕਰਦੇ ਹਾਂ।
होना वो है जो वो हुक्म हो रहा, चाहे बच्चा ढिला चाहे डंगर ढिला, फर्ज करो रब ना करे वो मौत होगी, फिर अपना निश्चा डोल जाता भी मैं तो बड़ा रब नूं याद करिया। बाणी कहिंदी है भी सारे दुखों का दारू नाम है भी कुछ नहीं बनया, ऐकण है ही नहीं सी गल साडी समझे गलत सी। रब दा नौ किसी खास दशा विच जदों गुरु साडे अंदरों होमे दा नाश कर देवे उदों प्रगट होंदा, उहनूं नाम कहा जांदा। ਉਹ ਜਿਹਦੇ ਅੰਦਰ ਪ੍ਰਗਟ ਹੋ ਗਿਆ ਉਹਦਾ ਇੱਕ ਸ਼ਬਦ ਵੀ ਪੂਰਾ ਹੋ ਜਾਊ, ਬੋਲਿਆ ਹੋਇਆ ਪਹਾੜ ਹਿੱਲ ਸਕਦਾ ਹੈ ਪਰ ਉਸ ਸ਼ਖਸ ਦਾ ਮਹਾਂਪੁਰਖ ਦਾ ਜਿਹੜਾ ਬੋਲਿਆ ਵਾ ਸ਼ਬਦ ਉਹ ਪੂਰਾ ਹੋ, ਉਹ ਨਾਮ ਹੈ। ਸੋ ਬਹੁਤ ਕੁਛ ਐਸਾ ਹੈ ਜਿਹੜਾ ਅਸੀਂ ਸਮਝਦੇ ਹਾਂ ਵੀ ਗੁਰਬਾਣੀ ਐਂ ਕਹਿੰਦੀ ਹੈ, ਉਹ ਕਣ ਨਹੀਂ ਕਹਿੰਦੀ ਹੁੰਦੀ ਗੁਰਬਾਣੀ, ਬਹੁਤ ਬਰੀਕੀਆਂ, ਬਹੁਤ ਉੱਚੀ ਅਵਸਥਾ 'ਚੋਂ ਨਿਕਲੀ ਹੋਈ ਹੈ, ਕੋਈ ਦੁਨਿਆਵੀ ਗੱਲ ਤਾਂ ਹੈ ਨਹੀਂ, ਅਰਸ਼ਾਂ 'ਚੋਂ ਤਾਂ ਨਹੀਂ ਹੈ ਫਰਸ਼ਾਂ 'ਚੋਂ ਆਈ, ਨਹੀਂ ਫਰਸ਼ਾਂ 'ਚੋਂ ਨਹੀਂ ਹੈ ਅਰਸ਼ਾਂ 'ਚੋਂ ਆਈ ਹੋਈ, ਔਰ ਉਸ ਧੁਰ ਤੋਂ ਆਈ ਹੈ ਜਿੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੋਰੀ ਤ੍ਰਿਸ਼ਨਾ ਸਾਰੀਆਂ ਦਾ ਅਭਾਵ ਹੋ ਜਾਂਦਾ, ਕੁਛ ਨਹੀਂ ਅੰਦਰ ਹੁੰਦਾ, ਉਸ ਮਨ ਦੀ ਅਵਸਥਾ 'ਚੋਂ ਨਿਕਲੀ ਹੁੰਦੀ ਜਿੱਥੇ ਗੁਰੂ ਦੀ ਪਰਮਾਤਮਾ ਦੀ ਪੂਰੀ ਰਹਿਮਤ ਹੁੰਦੀ। ਪੋਇਟਰੀ ਤਾਂ ਬਾਕੀ ਵੀ ਸੰਸਾਰ 'ਚ ਬਹੁਤ ਹੈ, ਕਈ ਸੌ ਕਾਲਡ ਬਾਬਿਆਂ ਨੇ ਵੀ ਕਿਤਾਬਾਂ ਲਿਖੀਆਂ ਹੋਈਆਂ, ਉਹ ਵੀ ਸਮਝਦੇ ਹਾਂ ਵੀ ਸ਼ਾਇਦ ਇਹ ਵੀ ਰੱਬੀ ਬਾਣੀ ਹੈ, ਅਵਤਾਰ ਬਾਣੀ ਹੈ, ਪਤਾ ਨਹੀਂ ਕਿਆ ਕਿਆ ਕਹਿੰਦੇ। ਨਹੀਂ ਸਾਧ ਸੰਗਤ ਜੀ, ਗੁਰਬਾਣੀ ਦਾ ਮੁਕਾਬਲਾ ਕਿਸੇ ਹੋਰ ਨਾਲ ਹੋ ਹੀ ਨਹੀਂ ਸਕਦਾ। ਕੋਈ ਚੌਥੇ ਪਦ ਵਾਲਾ ਲਿਖੇ ਉਹ ਠੀਕ ਹੈ, ਕਬੂਲ ਹੋ ਸਕਦੀ ਹੈ, ਲੇਕਿਨ ਤ੍ਰੈਗੁਣੀ ਜਿਹੜਾ ਕੁਛ ਵੀ ਲਿਖਦਾ ਹੈ ਪੋਇਟਰੀ ਦੇ ਰੂਪ 'ਚ ਸ਼ਾਇਰੀ ਦੇ ਰੂਪ 'ਚ ਉਹ ਗੁਰਬਾਣੀ ਨਹੀਂ ਹੋ ਸਕਦੀ। ਇਸੇ ਕਰਕੇ ਜਿਹੜੀਆਂ ਕਬੀਰ ਜੀ ਦੇ ਨਾਂ ਦੇ ਹੇਠ, ਬਾਬਾ ਫਰੀਦ ਜੀ ਦੇ ਨਾਂ ਦੇ ਹੇਠ, ਬਾਬਾ ਰਵਿਦਾਸ ਜੀ ਦੇ ਨਾਂ ਹੇਠ ਜਿਹੜੀਆਂ ਕੱਚੀਆਂ ਬਾਣੀਆਂ, ਸਾਨੂੰ ਉਹਨਾਂ ਬਾਰੇ ਪੱਕਾ ਪਤਾ ਨਹੀਂ ਵੀ ਅਸਲੀ ਹੈ ਜਾਂ ਨਹੀਂ ਹੈ, ਹੋ ਵੀ ਸਕਦੀਆਂ ਨਹੀਂ ਵੀ ਹੋ ਸਕਦੀਆਂ, ਪਰ ਆਪਾਂ ਨੇ ਉਸੇ ਨੂੰ ਪਰਮਾਨੀਕ ਮੰਨਣਾ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਆਈ ਹੋਈ, ਦੂਜੀ ਤਾਂ ਸਾਨੂੰ ਪਤਾ ਨਹੀਂ, ਸਾਡੀ ਅਲਪ ਬੁੱਧੀ ਹੈ, ਮੋਸਟਲੀ ਤਾਂ ਉਹ ਹੁੰਦੀ ਉਹ ਨਹੀਂ ਹੈ, ਪਰ ਚਲੋ ਮੰਨ ਲਓ ਵੀ ਉਹ ਕੋਈ ਹੋ ਸਕਦੀ ਬਾਹਰ ਰਹਿ ਗਈ ਹੋਵੇ, ਪਰ ਸਾਨੂੰ ਪਤਾ ਨਹੀਂ ਉਹਦੇ ਬਾਰੇ 'ਚ, ਕਿਉਂ ਮੰਨੀ ਜਾਵੇ, ਕਿਉਂ ਪੂਜਿਆ ਜਾਵੇ ਉਹਨੂੰ। ਪੂਜਣਾ ਕੇਵਲ ਇੱਕ ਦਾ, ਪਰਮਾਤਮਾ ਦਾ, ਵਾਹਿਗੁਰੂ ਦਾ, ਗੁਰੂ ਦਾ, ਇੱਕੋ ਚੀਜ਼ ਹੈ, ਦੋਨੋਂ ਦੋ ਨਾ ਸਮਝਿਓ। ਜਿੱਥੇ ਵਾਹਿਗੁਰੂ ਪੂਰਾ ਵਰਸ ਪੈਂਦਾ ਨਾ ਅੰਦਰ ਪ੍ਰਗਟ ਹੋ ਜਾਂਦਾ ਹੈ ਗੁਰੂ ਦੇ ਰੂਪ 'ਚ ਕਿਸੇ ਸੰਤ ਦੇ ਰੂਪ 'ਚ, ਉਹ ਇੱਕੋ ਬਣ ਜਾਂਦੇ, ਕਿਉਂਕਿ ਸੰਤ ਬ੍ਰਹਮ ਗਿਆਨੀ ਮਹਾਂਪੁਰਸ਼ ਗੁਰਮੁਖ ਇਹ ਸ਼ਬਦ ਆਉਂਦੇ ਗੁਰਬਾਣੀ 'ਚ, ਇਹ ਜੋ ਵੀ ਕੁਛ ਕਰਦੇ ਔਰ ਕਹਿੰਦੇ ਉਹ ਗੋਡ ਦੇ ਬਿਹਾਵ ਤੋਂ ਕਹਿੰਦੇ, ਆਪਣੇ ਵੱਲੋਂ ਤਾਂ ਮੈਂ ਤਾਂ ਮਰੀ ਵੀ ਹੁੰਦੀ ਹੈ, ਮੈਂ 'ਚੋਂ ਤਾਂ ਉਹਨਾਂ ਦਾ ਨਿਕਲਦਾ ਹੀ ਨਹੀਂ ਕੁਛ ਵੀ, ਮੈਂ ਨਿਗੇਟ ਹੁੰਦੀ ਹੈ, ਜੋ ਪਰਮਾਤਮਾ ਉਹਨਾਂ 'ਤੇ ਕਹੋਂਦਾਰ ਕਰਦੇ ਉਸ ਤਰ੍ਹਾਂ ਉਹ ਰੱਬੀ ਹੁੰਦੀ ਹੈ, ਗੱਲ ਆਪਣਾ ਨਹੀਂ, ਆਪਾਂ ਖਤਮ ਹੁੰਦਾ, ਆਪੇ 'ਚੋਂ ਜੋ ਨਿਕਲਦੀ ਉਹ ਬਾਹਰਲੀ ਸ਼ਾਇਰੀ ਹੁੰਦੀ। ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਉਹ ਇਸੇ ਗੱਲ 'ਚ ਹੈ, ਇਸ ਗੱਲ 'ਚ ਕਿਹਾ ਵੀ ਸਾਰੀਆਂ ਵਡਿਆਈਆਂ ਹੀ ਭਰੀਆਂ ਪਈਆਂ ਹੈ, ਬਈ ਇਹ ਅੱਖਰ ਅੱਖਰ ਸੱਚ ਹੈ। ਹੁਣ ਇਸ ਗੱਲ ਨੂੰ ਵੀ ਸਮਝਿਓ ਵੀ ਅੱਖਰ ਅੱਖਰ ਸੱਚ ਹੈ, ਅੱਖਰ ਅੱਖਰ ਸੱਚ ਦਾ ਮਤਲਬ ਹੈ ਅੱਖਰਾਂ ਦਾ ਭਾਵ ਸੱਚ ਹੈ। ਕਈ ਦਫ਼ਾ ਸਾਨੂੰ ਅੱਖਰਾਂ ਦੀ ਸਮਝ ਨਹੀਂ ਹੁੰਦੀ, ਆਪਾਂ ਅੱਖਰਾਂ ਦੀ ਉੱਪਰਲੀ ਗੱਲ ਪਕੜ ਲੈਂਦੇ ਹਾਂ, ਵਿਚਲੀ ਨਹੀਂ ਪਕੜਦੇ, ਉਹ ਗੱਲ ਉਸ ਤਰ੍ਹਾਂ ਹੁੰਦੀ ਨਹੀਂ ਹੈ। ਕਿਵੇਂ? ਬਿਰਖ ਜੰਮਿਓ ਹੈ ਪਾਰ ਜਾਤ, ਫਲ ਲੱਗ ਗਏ ਫਲਨ ਰਤਨ ਭਾਂਤ, ਫਲ ਲੱਗ ਗਏ ਰਤਨ ਭਾਂਤ, ਪੰਚਵੇਂ ਪਾਤਸ਼ਾਹ ਦੀ ਉਹ ਤੁਕ ਹੈ। ਕਹਿੰਦੇ ਮੇਰੇ ਅੰਦਰ ਇੱਕ ਬਿਰਖ ਜੰਮਿਆ ਆ, ਜਿਹਨੂੰ ਬਾਬਾ ਕਬੀਰ ਜੀ ਨੇ ਕਿਹਾ ਹੈ ਸਹਿਜ ਸੁਣ ਇੱਕ ਬਿਰਵਾ ਉਪਜਿਆ ਧਰਤੀ ਜਲ ਹਰ ਸੋਖਿਆ, ਕਹੋ ਕਬੀਰ ਹਾਂ ਤਾਂ ਕਾ ਸੇਵਕ ਜਿਹਨੇ ਬਿਰਵਾ ਦੇਖਿਆ। ਬਿਰਵਾ ਛੋਟੇ ਬੂਟੇ ਨੂੰ ਕਹਿੰਦੇ, ਕਬੀਰ ਜੀ ਕਹਿੰਦੇ ਮੇਰੇ ਅੰਦਰ ਵੀ ਇੱਕ ਬੂਟਾ ਉੱਗ ਪਿਆ, ਪੰਚਵੇਂ ਪਾਤਸ਼ਾਹ ਕਹਿੰਦੇ ਬਿਰਖ ਜੰਮਿਆ ਆ ਮੇਰੇ ਅੰਦਰ। ਹੁਣ ਇਹਦਾ ਅੰਤਰੀ ਭਾਵ ਲੈਣਾ, ਜੇ ਤੁਸੀਂ ਇਹਦਾ ਅੱਖਰੀ ਅਰਥ ਲਓ ਵੀ ਮੇਰੇ ਅੰਦਰ ਕੋਈ ਦਰਖਤ ਜੰਮਿਆ ਆ, ਇਸੀ ਗੱਲ ਤਾਂ ਗੁਰਬਾਣੀ ਨਹੀਂ ਪਾ ਰਹੀ, ਨਾਮ ਦੀ ਬਾਤ ਹੋ ਰਹੀ ਹੈ, ਨਾਮ ਨੂੰ ਬਿਰਖ ਦੇ ਨਾਲ ਤਸ਼ਬੀਹ ਦੇ ਦਿੱਤੀ, ਨਾਮ ਨੂੰ ਪਾਰ ਜਾਤ ਜਾਂ ਕਾਮ ਧਿਨ ਗਾਇਨ ਦਾ ਜ਼ਿਕਰ ਆਉਂਦਾ ਗੁਰਬਾਣੀ 'ਚ, ਪਾਰ ਜਾਤ ਇਹ ਹਰ ਕੋ ਨਾਮ, ਕਾਮ ਧਿਨ ਹਰ ਹਰ ਗੁਣ ਗਾਮ। ਹਿੰਦੂ ਧਰਮ ਦੇ ਵਿੱਚ ਪੰਡਿਤ ਖਾਤਰ ਕੋਈ ਕਾਮ ਧਿਨ ਗਊ ਹੋਊ,
ਉਹ ਕਲਪ ਤਰਿਆ ਪਾਰ ਜਾਤ ਬਿਰਛ ਹੋਊ ਸਵਰਗ ਦਾ, ਜਿਹਦੇ ਤੋਂ ਸਾਰੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹੁੰਦੀਆਂ। ਸਿੱਖ ਵਾਸਤੇ ਨਹੀਂ ਹੈ, ਜ਼ਿਕਰ ਆਉਂਦਾ ਪਰ ਸਿੱਖ ਵਾਸਤੇ ਪਾਰ ਜਾਤ ਗੁਰਬਾਣੀ ਹੈ, ਗੁਰੂ ਹੈ, ਪਰਮਾਤਮਾ ਨਾਮ ਹੈ। ਇਹ ਸਮਝਣ 'ਚ ਫਰਕ ਜ਼ਰੂਰ ਹੈਗਾ, ਬਹੁਤ ਹੈ, ਭੁਲੇਖਾ ਲੱਗ ਜਾਂਦਾ। ਸਾਧ ਸੰਗਤ ਜੀ, ਮਾਰੂ ਸੋਹਲਿਆਂ 'ਚ ਇੱਕ ਜਗ੍ਹਾ ਗੁਰੂ ਨਾਨਕ ਪਾਤਸ਼ਾਹ ਨੇ ਜ਼ਿਕਰ ਕਰਿਆ, ਹੁਕਮੇ ਪੌਣ ਪਾਣੀ ਗਿਣਾਰੰ, ਹੁਕਮੇ ਧਰਤੀ ਧੌਲ ਸਿਰ ਭਾਰੰ। ਹੁਕਮ ਦੇ ਵਿੱਚ ਹੀ ਪੌਣ ਪਾਣੀ ਆਕਾਸ਼, ਗਿਣਾਰ ਆਕਾਸ਼ ਨੂੰ ਕਹਿੰਦੇ, ਸਭ ਹੁਕਮ ਦੇ ਵਿੱਚ ਹੈ ਬੰਨੇ ਹੋਏ। ਹੁਕਮ ਦੇ ਵਿੱਚ ਹੀ ਧਰਤੀ ਬਲਦ ਦੇ ਸਿਰ ਪਰ ਖੜੀ ਹੈ, ਹੁਕਮੇ ਧਰਤੀ ਧੌਲ ਸਿਰ ਭਾਰੰ। ਧੌਲ ਦੇ ਸਿਰ ਪਰ ਧਰਤੀ ਦਾ ਭਾਰ ਹੁਕਮ ਵਿੱਚ ਹੈ। ਹੁਣ ਆਪ ਜੀ ਸੋਚ ਸਕਦੇ ਹੈ ਵੀ ਗੁਰਬਾਣੀ ਦੀ ਤੁਕ ਹੈ, ਐਕਣ ਨਹੀਂ ਹੈ ਜਿਵੇਂ ਆਪਾਂ ਸੋਚ ਰਹੇ ਹਾਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਜਪਜੀ ਸਾਹਿਬ 'ਚ ਪਹਿਲਾਂ ਹੀ ਖੰਡਨ ਕਰਿਆ ਵਾ ਇਸ ਗੱਲ ਦਾ। ਜੇ ਕੋ ਬੁੱਝੈ ਹੋਵੇ ਸਚਿਆਰ, ਧਵਲੈ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ 'ਤੇ ਭਾਰ ਤਲੈ ਕਵਣ ਜ਼ੋਰ। ਉਹ ਭਾਈ ਬੁੱਝੋ, ਸਚਿਆਰੇ ਬਣੋ ਵੀ ਬਲਦ ਧਰਤੀ ਦਾ ਭਾਰ ਕਿਵੇਂ ਚੱਕ ਲੂ, ਧਰਤੀਆਂ ਤਾਂ ਹੋਰ ਬਹੁਤ ਨੇ, ਕਰੋੜਾਂ ਹੀ ਬ੍ਰਹਿਮੰਡ ਹੈ, ਫਿਰ ਤਾਂ ਸਾਰੀਆਂ ਦੇ ਹੇਠਾਂ ਹੀ ਬਲਦ ਖੜ੍ਹੇ ਹੋਣੇ, ਬਲਦ ਗਾਂ ਕੱਛੂ ਕੁੰਮਿਆਂ ਪਰ ਖੜ੍ਹੇ ਹੋਣੇ। ਬੁੱਝੋ, ਸਚਿਆਰੇ ਬਣੋ ਇਸ ਗੱਲ। ਹੁਣ ਇੱਕ ਪਾਸੇ ਉਹ ਗੱਲ ਆ ਰਹੀ ਹੈ ਮਾਰੂ ਸੋਹਲਿਆਂ 'ਚ ਵੀ, ਹੁਕਮੇ ਧਰਤੀ ਧੌਲ ਸਿਰ ਭਾਰ, ਇੱਥੇ ਸਮਝਣ ਦੀ ਗੱਲ, ਇਹਨੂੰ ਬੁੱਝਣਾ ਕਹਿੰਦੇ ਗੁਰਬਾਣੀ, ਇਹ ਵਿਵੇਕ ਨਾਲ ਆਉਂਦੀ ਹੈ ਗੱਲ। ਅੱਖਰੀ ਅਰਥ ਹੋਰ ਹੁੰਦਾ, ਜਿਹੜੀ ਵਿੱਚ ਗੱਲ ਹੈ ਉਹ ਹੋਰ ਹੁੰਦੀ ਹੈ। ਜਿਵੇਂ ਅਖਰੋਟ ਹੈ, ਬਦਾਮ ਹੈ, ਉਹਨਾਂ ਦੇ ਵਿੱਚ ਗਿਰੀ ਲਕੋਈ ਹੈ ਕੁਦਰਤ ਨੇ, ਐਸੇ ਤਰੀਕੇ ਨਾਲ ਗੁਰਬਾਣੀ 'ਚ ਵੀ, ਸ਼ਾਸਤਰਾਂ 'ਚ ਵੀ, ਜਾਂ ਬ੍ਰਹਮ ਗਿਆਨੀਆਂ ਦੇ ਜਿਹੜੇ ਬਚਨ ਹੁੰਦੇ ਉਹ ਵੀ, ਗੱਲ ਅੱਖਰ ਕੁਛ ਹੋਰ ਕਹਿੰਦੇ, ਉਹਨੇ ਬਾਤ ਕੁਛ ਹੋਰ ਹੁੰਦੀ। ਸਾਡੀ ਕਿਉਂਕਿ ਅਸੀਂ ਤ੍ਰੈਗੁਣਾਂ 'ਚ ਸੋਚਦੇ ਹਾਂ, ਉਹ ਚੌਥੇ ਪਾਤ 'ਚ ਸੋਚਦੇ ਹੁੰਦੇ, ਉਹਨਾਂ ਦਾ ਸਾਡਾ ਮੇਲ ਕੋਈ ਨਹੀਂ ਹੁੰਦਾ। ਅਸੀਂ ਆਪਣੀ ਸਮਝ ਨਾਲ, ਕੱਚੀ ਨਾਲ ਉਹਨਾਂ ਦੀ ਗੱਲ ਨੂੰ ਐਂ ਸਮਝਦੇ ਵੀ ਐਂ ਕਿਹਾ, ਉਕਣ ਨਹੀਂ ਕਿਹਾ ਉਹਨੇ। ਇੱਕ ਦੁਨਿਆਵੀ ਮਿਸਾਲ ਵੀ ਸਾਂਝੀ ਕਰਦਾ ਆਪ ਨਾਲ। ਦੋ ਬੰਦੇ ਕਿਸੇ ਮਹਾਤਮਾ ਕੋਲ ਗਏ, ਪੁਰਾਣੇ ਟਾਈਮਾਂ ਦੀ ਗੱਲ ਹੈ, ਵੀ ਗੁਰੂ ਜੀ ਜਾਂ ਸੰਤ ਜੀ ਕੁਛ ਕਿਹਾ ਹੋਣਾ, ਸਾਧ ਜੀ ਵੀ ਸਾਨੂੰ ਆਪਣਾ ਚੇਲਾ ਬਣਾ ਲਓ। ਕਹਿੰਦੇ ਆ ਜਾਓ ਭਾਈ। ਦੋ ਚਾਰ ਮਹੀਨੇ ਰਹੇ, ਆਪਣਾ ਉਹਨਾਂ ਨੂੰ ਗਿਆਨ ਦਿੱਤਾ, ਫਿਰ ਉਹ ਕਹਿਣ ਲੱਗੇ ਸਾਧੂ ਵੀ ਹੁਣ ਤੁਸੀਂ ਜਾਓ ਦੁਨੀਆ 'ਚ, ਰਟਨ ਕਰੋ, ਗੱਲ ਦਾ ਸੰਦੇਸ਼ ਅੱਗੇ ਪਹੁੰਚਾਓ ਭਗਵਾਨ ਵਾਲਾ, ਪਰ ਇੱਕ ਗੱਲ ਦਾ ਖਿਆਲ ਰੱਖਿਓ ਵੀ ਜੇ ਔਰਤ ਡੁੱਬਦੀ ਵੀ ਹੋਵੇ ਹੱਥ ਨਹੀਂ ਲਾਉਣਾ, ਲੜ ਬੰਨ ਲਓ। ਚਲੇ ਗਏ ਦੇਵਨੇਤ, ਜਿੱਥੇ ਪਹਿਲਾਂ ਕਿਤੇ ਦੋ ਚਾਰ ਮੀਲ ਪਰ ਜਾ ਕੇ ਟਿਕੇ ਜੰਗਲ 'ਚ, ਉੱਥੇ ਸਰੋਵਰ ਵੀ ਸੀਗਾ, ਕੋਈ ਸਥਾਨ ਮੰਦਰ ਬਣਿਆ ਵਾ ਸੀ। ਕੋਈ ਬੀਬੀ ਡੁੱਬ ਰਹੀ ਸੀ ਪਾਣੀ 'ਚ, ਉਹ ਹੱਥ ਕਦੇ ਉੱਪਰ ਕਦੇ ਹੇਠਾਂ ਮਾਰ ਰਹੀ ਸੀ, ਬਚਾਓ ਬਚਾਓ ਕਰੇ। ਉਹਨਾਂ ਦੋਹਾਂ 'ਚੋਂ ਇੱਕ ਦਾ ਮਨ ਕਰਿਆ, ਉਹ ਲੱਗਿਆ ਆਪਣੇ ਕੱਪੜੇ ਖੋਲ੍ਹਣ ਵੀ ਮੈਂ ਕੱਢ ਲਿਆ ਬਾਹਰ, ਦੂਜੇ ਨੇ ਜਦੇ ਰੋਕਤਾ, ਕੋਈ ਕੱਲ੍ਹ ਕਿਆ ਕਿਹਾ ਸੀ ਤੈਨੂੰ ਗੁਰੂ ਜੀ ਨੇ ਵੀ ਡੁੱਬਦੀ ਔਰਤ ਨੂੰ ਹੱਥ ਨਹੀਂ ਲਾਉਣਾ। ਉਹ ਇੱਕ ਪਲ ਰੁਕਿਆ, ਪਰ ਰੁਕਿਆ ਨਾ ਗਿਆ, ਕੱਪੜੇ ਖੋਲ੍ਹ ਕੇ ਛਾਲ ਮਾਰ ਕੇ ਉਹ ਬੀਬੀ ਨੂੰ ਬਾਹਰ ਕੱਢ ਲਿਆ। ਬਾਹਰ ਚਾਹ ਪਾਣੀ ਛਕਾਇਆ, ਦੁੱਧ, ਚਲੋ ਠੀਕ ਹੋ ਗਈ, ਇਹਦੀ ਜਾਨ ਬਚ ਗਈ। ਉਹ ਦੂਜਾ ਜਿਹੜਾ ਮਨ ਚਲਾ ਸੀ, ਉਹ ਕਹਿੰਦਾ ਵੀ ਚੱਲ ਵਾਪਸ ਅੱਗੇ ਨਹੀਂ ਜਾਣਾ, ਪਹਿਲਾਂ ਨਿਰਣਾ ਕਰਾਉਣਾ ਗੁਰੂ ਜੀ 'ਤੇ ਵੀ ਤੈਂ ਉਹਨਾਂ ਦਾ ਹੁਕਮ ਨਹੀਂ ਮੰਨਿਆ, ਮੈਂ ਹੁਕਮ ਮੰਨਿਆ ਉਹਨਾਂ ਦਾ। ਕਹਿੰਦਾ ਚੱਲ ਭਾਈ, ਕਿਉਂਕਿ ਜਿਹੜਾ ਗ੍ਰਸ ਅੰਦਰ 'ਤੇ ਪੂਰਾ ਹੁੰਦਾ ਉਹ ਕਦੇ ਬਹੁਤਾ ਬੜਬੋਲਾ ਨਹੀਂ ਹੁੰਦਾ, ਦੂਆ ਬੰਦਾ ਭੜਕਦਾ ਹੁੰਦਾ। ਚੱਲ ਭਾਈ, ਕਹਿੰਦਾ ਚਲੇ ਗਏ। ਜਾ ਕੇ ਕਹਿੰਦਾ ਉਹ ਮਨ ਚੱਲਾ, ਕਹਿੰਦਾ ਬਾਬਾ ਜੀ ਤੁਸੀਂ ਜਿਹੜੀ ਗੱਲ ਕਹੀ ਸੀ ਇਹਨੇ ਉਹੀ ਕਰੀ ਹੈ, ਇਹ ਡੁੱਬਦੀ ਔਰਤ ਨੂੰ ਬਾਹਰ ਲਿਆਇਆ ਕੱਢ ਕੇ, ਮੈਂ ਇਹਨੂੰ ਰੋਕਿਆ ਵੀ ਗੁਰੂ ਜੀ ਨੇ ਕਿਹਾ ਕਿਹਾ ਤਾਂ ਹਟਿਆ ਨਹੀਂ, ਇਹ ਫਿਰ ਵੀ ਲਿਆ, ਮੈਂ ਤਾਂ ਮੋੜ ਕੇ ਆਇਆ। ਉਹਨਾਂ ਨੇ ਬੜੇ ਧਿਆਨ ਨਾਲ ਗੱਲ ਸੁਣੀ, ਜਿਹਨੇ ਉਹ ਬੀਬੀ ਨੂੰ ਬਾਹਰ ਕੱਢਿਆ ਸੀ ਉਹਨੂੰ ਥਾਪੜਾ ਦੇ ਦਿੱਤਾ। ਉਹ ਹੋਰ ਮੱਚ ਗਿਆ, ਕਹਿੰਦਾ ਜੀ ਥਾਪੜਾ ਵੀ ਤੁਸੀਂ ਇਸੇ ਨੂੰ ਦੇਈ ਜਾਂਦੇ, ਹੁਕਮ ਵੀ ਤੁਹਾਡਾ ਇਹਨੇ ਨਹੀਂ ਮੰਨਿਆ, ਮੈਂ ਤਾਂ ਜਾਣ ਕੇ ਲਿਆ ਵੀ ਇਹਨੂੰ ਸਿੱਧਾ ਕਰੋ, ਇਹ ਠੀਕ ਨਹੀਂ ਹੈ। ਕਹਿੰਦੇ ਨਹੀਂ ਭਾਈ, ਇਹਨੇ ਹੁਕਮ ਮੰਨਿਆ, ਤੈਂ ਨਹੀਂ ਮੰਨਿਆ। ਕਹਿੰਦੇ ਤੁਸੀਂ ਕਿਹਾ ਨਹੀਂ ਵੀ ਡੁੱਬਦੀ ਔਰਤ ਨੂੰ ਹੱਥ ਨਹੀਂ ਲਾਉਣਾ? ਕਹਿੰਦੇ ਕਿਹਾ ਸੀ। ਫਿਰ ਮੈਨੂੰ ਤਾਂ ਥੋੜ੍ਹੀ ਗੱਲ ਦੀ ਸਮਝ ਨਹੀਂ ਆਉਂਦੀ, ਤੁਸੀਂ ਕਿਆ ਕਹੀ ਜਾਂਦੇ, ਇਹਨੂੰ ਤੁਸੀਂ ਥਾਪੜਾ ਦੇਈ ਜਾਂਦੇ, ਮੈਨੂੰ ਬੁਰਾ ਸਮਝਦੇ? ਕਹਿੰਦੇ ਇੱਕਣੇ ਭਾਈ ਗੱਲ, ਇਹਨੇ ਮੇਰਾ ਹੁਕਮ ਮੰਨਿਆ, ਤੈਂ ਨਹੀਂ ਮੰਨਿਆ। ਕਹਿੰਦਾ ਫਿਰ ਮਤਲਬ ਸਮਝਾਓ। ਫਿਰ ਉਹ ਸਾਧੂ ਨੇ ਆਪਣੇ ਬਚਨਾਂ ਨੂੰ ਖੋਲ੍ਹ ਕੇ ਕਿਹਾ ਵੀ ਦੇਖ, ਮੇਰਾ ਇਹ ਭਾਵ ਨਹੀਂ ਥਾ,
डुबदे नूं कौन कहूगा भी इहनूं ना कढो बाहर। इह तां इक मनुखता दा सिधांत ही है भी जे कोई बंदा डुब रहा पानी च उहनूं कढ दो भाई बाहर। उह भाई मेरे शब्दां दा मतलब होर सी, कहिंदा मैनूं तां हुण थई नहीं समझ लगदी तुसीं क्या कही जांदे। कहिंदे लै फिर हुण मैनूं स्पष्ट कर दिंदा तैनूं, जे औरत हाव भाव भी करे अपने नाल मिलन खातर पूरा जतन भी लावे तां भी उहदा कोल नहीं जाना, विलिंग होवे मतलब समझदे तुसीं सारी संगत इस गल नूं। चलो जबरदस्ती करनी तां ठीक नहीं हुंदी, जे कोई सहमती भी प्रगटावे तां भी कोल नहीं जाना ओह, और औरतां खातर भी है भी बंदे कोल ना जावे, दोहां पर इक जी लागू है। हुण देखो दोहां दी समझ विच किन्ना अंतर सी, इक ने गुरबाणी दी समझ है, असीं जो समझदे गल होर हुंदी है, कोई महापुरश जिहड़ा बाणी नूं समझदा उहदी गल होर हुंदी, साडी समझ कच्ची है उहदी समझ पक्की है। ਇਹ ਗੱਲ ਹੋਰ ਇੱਕ ਨੇ ਨਹੀਂ ਹੈ, ਬਹੁਤ ਕੁਛ ਆ ਆਪ ਜੀ ਨਾਲ ਤਾਂ ਥੋੜ੍ਹੀ ਜਿਹੀ ਸਾਂਝੇ ਪਾਈਏ। ਰੱਤੀ ਫਰੀਦਾ ਰੱਤੀ ਰੱਤ ਨਾਲ ਨਿਕਲਿਆ ਜੇ ਤਨ ਚੀਰੇ ਕੋਏ, ਬਾਬਾ ਫਰੀਦ ਜੀ ਦਾ ਵਚਨ ਹੈ ਸ਼ਲੋਕਾਂ 'ਚ। ਬਾਬਾ ਜੀ ਕਹਿ ਰਹੇ ਆ ਵੀ ਜੇ ਸੰਤਾਂ ਦੇ ਸਰੀਰ ਨੂੰ ਚੀਰ ਵੀ ਦਈਏ ਤਾਂ ਰੱਤ ਭੋਰਾ ਨਹੀਂ ਨਿਕਲਦੀ ਉਹਦੇ 'ਚ, ਰੱਤੀ ਰੱਤ ਨਾਲ ਨਿਕਲੇ ਇੱਕ ਭੋਰਾ ਰੱਤ ਨਹੀਂ ਨਿਕਲਦਾ। ਹੁਣ ਅਨਾੜੀ ਮਨ ਸੋਚਦਾ ਹੈ ਵੀ ਸੰਤਾਂ ਵਿੱਚ ਤਾਂ ਫਿਰ ਲਹੂ ਹੁੰਦਾ ਹੀ ਨਹੀਂ, ਬਾਣੀ ਕਹਿੰਦੀ ਹੈ ਜੇ ਉਹਨਾਂ ਦੇ ਸਰੀਰ ਨੂੰ ਚੀਰ ਵੀ ਦਈਏ ਉਹਨਾਂ 'ਚ ਰੱਤ ਹੁੰਦੀ ਉਹ ਨਹੀਂ, ਬਾਣੀ ਕਹਿ ਰਹੀ ਹੈ ਐਕਣ ਨਹੀਂ ਹੈ। ਅੱਗੇ ਗੁਰੂ ਮਹਾਰਾਜ ਨੇ ਆਪਣੇ ਤੁੱਕ ਪਾ ਦਿੱਤੀ ਹੈ ਵੀ ਕਿਤੇ ਭੁਲੇਖਾ ਨਾ ਖਾ ਜਾਣ ਸਿੱਖ, ਸਿੱਖ ਆ ਜਿਹੜਾ ਵੀ ਕੋਈ ਬਾਣੀ ਪੜ੍ਹਦਾ। ਫਰੀਦਾ ਇਹ ਤਨ ਸਭੋ ਰੱਤ ਹੈ ਰੱਤ ਬਿਨ ਤਨ ਨਾ ਹੋ, ਉਹ ਭਾਈ ਰੱਤ ਬਿਨਾਂ ਤਾਂ ਕੋਈ ਤਨ ਹੋ ਹੀ ਨਹੀਂ ਸਕਦਾ, ਇਹ ਤਾਂ ਸਾਰੇ ਸਰੀਰਾਂ ਵਿੱਚ ਹੀ ਰੱਤ ਹੈ। ਜੋ ਸਹਿ ਰੱਤੇ ਰੱਬ ਸਿਓ ਤਿੰਨ ਤਨ ਲੋਭ ਰੱਤ ਨਾ ਹੋਵੇ। ਆਹ ਹੈ ਜਿਹੜੀ ਗੱਲ ਫਰੀਦ ਜੀ ਬਾਬਾ ਜੀ ਲੁਕੋ ਕੇ ਕਹਿ ਰਹੇ ਹੈ, ਗੁਰੂ ਸਾਹਿਬ ਨੇ ਉਹ ਪ੍ਰਗਟ ਕਰ ਦਿੱਤੀ। ਸੰਤਾਂ ਦੇ ਵਿੱਚ ਲੋਭ ਦੀ ਰੱਤ ਨਹੀਂ ਹੁੰਦੀ, ਮਤਲਬ ਲੋਭ ਨਹੀਂ ਹੁੰਦਾ, ਕਹਿ ਬਾਬਾ ਫਰੀਦ ਜੀ ਵੀ ਉਹੀ ਗੱਲ ਰਹੇ, ਪਰ ਉਹ ਲੁਕੋ ਕੇ ਗੱਲ ਕਹੀ ਹੋਈ ਹੈ, ਗੁਰੂ ਸਾਹਿਬ ਨੇ ਪ੍ਰਗਟ ਕਰ ਦਿੱਤੀ। ਇਸ ਤਰ੍ਹਾਂ ਬਾਣੀ 'ਚ ਬਹੁਤ ਕੁਛ ਹੈ, ਹਜ਼ਾਰਾਂ ਹੀ ਜਗ੍ਹਾ ਜੇ ਆਪਾਂ ਡੂੰਘਾਈ 'ਚ ਜਾਈਏ ਤਾਂ ਇਸ ਤਰ੍ਹਾਂ ਦੀਆਂ ਬਾਤਾਂ ਮਿਲਦੀਆਂ ਗੁਰਬਾਣੀ ਦੀਆਂ ਵੀ ਅਸੀਂ ਕੁਛ ਹੋਰ ਸੋਚਦੇ ਹਾਂ, ਗੱਲ ਕੁਛ ਹੋ ਰਹੀ ਹੁੰਦੀ। ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੁੰਘੇ ਨਿੱਤ ਭੇੜ, ਕਰੀ ਜਾਓ ਅਰਥ, ਅੱਖਰੀ ਅਰਥ ਤਾਂ ਬੜੇ ਸੌਖੇ ਵੀ ਕਹੀ ਜੀ ਪ੍ਰਗਟ ਹੋਈ ਹੈ ਖੇਡ ਵੀ ਲੇਲੇ ਨੂੰ ਭੇੜ ਚੁੰਘਦੀ ਹੈ, ਪੋਸੀਬਲ ਹੈ ਕੁਛ ਮਤਲਬ ਹੈ, ਉਹ ਜਿਹੜਾ ਮਤਲਬ ਹੈ ਉਹੀ ਅਸਲੀ ਅਰਥ ਹੈ। ਮਨ ਹੈ ਜਿਹੜਾ, ਮਨ ਨੂੰ ਜਿਹੜੀ ਮਾਇਆ ਹੈ ਮਾਈ ਉਹ ਚੁੰਘ ਰਹੀ ਹੈ, ਮਨ ਫਸਿਆ ਹੋਇਆ ਮਾਈ ਦੇ ਜਾਲ 'ਚ। ਮਨ ਸਨਾਤਨ ਹੈ, ਮਨ ਪਹਿਲਾਂ 'ਤੇ ਹੈ, ਜਦ ਮਾਂ ਦੇ ਪੇਟ 'ਚ ਬੱਚਾ ਆਉਂਦਾ ਮਨ ਬਿਲਕੁਲ ਸਾਫ਼ ਹੁੰਦਾ, ਸਿਮਰਨ 'ਚ ਲੱਗਿਆ ਹੋਇਆ ਹੁੰਦਾ, ਜਦ ਬਾਹਰ ਆਉਂਦਾ ਹਵਾ ਲੱਗਦੀ ਹੈ ਮਾਇਆ ਦੀ, ਪੈਸਾ ਧੇਲਾ ਵੀ ਮਾਇਆ, ਮਾਂ ਬਾਪ ਵੀ ਮਾਇਆ, ਸਭ ਕੁਝ ਜੋ ਦਿਖਦਾ ਉਹ ਮਾਇਆ, ਜਾਂ ਮਾਇਆ ਲੱਗੀ ਨਹੀਂ ਮਨ ਇੱਕਦਮ ਵਿਗੜ ਜਾਂਦਾ। ਮਨ ਨੂੰ ਗ੍ਰੰਥਾਂ ਦੇ ਵਿੱਚ ਪੁੱਤਰ ਕਿਹਾ ਗਿਆ ਅਤੇ ਮਾਈ ਮਾਇਆ, ਇਸ ਤਰ੍ਹਾਂ ਵੀ ਜ਼ਿਕਰ ਆਉਂਦਾ ਗੁਰਬਾਣੀ 'ਚ, ਪਹਿਲਾਂ ਪੂਤ ਪਿੱਛੇ ਰਹੀ ਮਾਈ, ਗੁਰ ਲਾਗੋ ਚੇਲੇ ਕੀ ਪਾਈ, ਪੁੱਤ ਪਹਿਲਾਂ ਮਾਈ ਬਾਅਦ 'ਚ, ਪੋਸੀਬਲ ਗੁਰਬਾਣੀ ਕਹਿ ਰਹੀ ਹੈ। ਇਹਦਾ ਮਤਲਬ ਇਹ ਨਹੀਂ ਹੈ ਵੀ ਪੁੱਤ ਤੋਂ ਮਾਂ ਬਣੀ ਹੈ, ਨੋ ਨੋ, ਇਹਦਾ ਕੋਈ ਮਤਲਬ ਇਹੀ ਹੈ ਮਨ ਪਹਿਲਾਂ ਹੈ ਮਾਇਆ ਬਾਅਦ 'ਚ। ਹਾਂ ਬਾਤ, ਸੋ ਆਪ ਜੀ ਨਾਲ ਕੁਛ ਸਾਂਝ ਪਾਈ ਹੈ, ਇਹ ਤਾਂ ਇਹ ਬਹੁਤ ਵਿਸ਼ਾਲ ਸਾਗਰ ਹੈ, ਇਹਦੀ ਅਥਾਹ ਹੈ ਕੋਈ ਨਹੀਂ ਪਾ ਸਕਦਾ, ਇੱਕ ਮਨੁੱਖੀ ਮਾਇੰਡ ਨਹੀਂ ਪਾ ਸਕਦਾ ਗੁਰਬਾਣੀ ਦੀ ਥਾਂ, ਜਿੰਨਾ ਕੁ ਜਿੰਨੀ ਕੁ ਉਹਦੀ ਬਖਸ਼ਿਸ਼ ਕਿਸੇ ਪਰ ਕਰਦਾ ਉਨਾ ਉਨਾ ਉਹਨੂੰ ਉਹ ਕਟੋਰਾ ਉਹਦਾ ਭਰ ਦਿੰਦਾ, ਕਿਸੇ ਨੂੰ ਕੌਲੀ ਜਿੰਨਾ ਦਿੱਤਾ, ਕਿਸੇ ਨੂੰ ਕਟੋਰਾ, ਕਿਸੇ ਕੋਲ ਬਾਲਟੀ ਹੈ, ਕਿਸੇ ਕੋਲ ਬੜਾ ਕੁਜੜਾ ਭਰਿਆ ਹੋਇਆ, ਇਹ ਉਹਦੀ ਰਹਿਮਤ ਹੈ, ਬੰਦੇ ਦੇ ਬਾਅਦ 'ਚ ਕੁਛ ਨਹੀਂ। ਤੋ ਸਾਧ ਸੰਗਤ ਜੀ, ਉਹ ਗੁਰੂ ਅਰਜਨ ਦੇਵ ਜੀ ਜਿਹਨਾਂ ਦਾ ਦਿਹਾੜਾ ਆਪਾਂ ਅੱਜ ਸ਼ਹੀਦੀ ਦਾ ਮਨਾ ਰਹੇ ਹਾਂ, ਨਾਮ ਤੋਂ ਬਿਨਾਂ ਦੂਜੀ ਗੱਲੇ ਨਹੀਂ ਕਰੀ ਉਹਨਾਂ ਨੇ, ਸਾਰੀ ਬਾਣੀ ਪੜ੍ਹ ਕੇ ਦੇਖ ਲਓ ਉਹਨਾਂ ਨੇ, ਸਾਰੇ ਗੁਰੂ ਗ੍ਰੰਥ ਸਾਹਿਬ 'ਚ ਕਿਸੇ ਦੀ ਵੀ ਪੜ੍ਹ ਲਓ, ਨਾਮ ਤੋਂ ਬਿਨਾਂ ਕੋਈ ਗੱਲ ਨਹੀਂ, ਘੁਮਾ ਫਰਾ ਕੇ ਸ਼ਬਦ ਕੋਈ ਵੀ ਹੈ, ਲੈਂਗੁਏਜ ਕੋਈ ਵੀ ਹੈ, ਚਾਹੇ ਪਰਸ਼ੀਅਨ ਵਰਤੀ ਹੈ, ਫਾਰਸੀ ਵਿੱਚ
चाहे खड़िया बोली है, चाहे मराठी बोली है, चाहे सहज कृति है, बात वही कही गई कि कोई भी मर्जी बाणी पढ़ लो, अपने मन च यह भुलेखा जरूर है भी फलानी बाणी जी ऊंची है, दूजी घट है, एकन की गल नहीं है। सारी बाणी का आशा एको ही, शब्दों का अंतर हो सकता, जो बिच बात है वह एको ही है। जिहड़ी बात जपजी साहब फरमा रहे उही बाकी बारह माह फरमा रहे, उही संस्कृति फरमा रही है, उही बाकी दी जिन्नी बाणी है वह फरमा रही है। कोई अंतर नहीं हुंदा, शब्दों का अंतर हो सकता, वह बाहर की गल है। सो गुरु साहब नूं याद करदिआं उहनां दी शहीदी नूं, उहनां वर्गे होणा तां नामुमकिन जी उह गल है, पर फिर भी गुरु ने सानूं इह बख्शिश रखी है भी जिहड़ा सिख है वह गुरु वर्गा हो सकता है। इनकार नहीं करिआ उहनां ने कभी, क्योंकि गुरबाणी का ही फरमान है, सतगुर की जिसनों मत आवै सो सतगुर माहे समाना, ये बाणी जो जियो जाने तिस अंतर रवै हर नाम। जे गुरु नानक साहब परमात्मा का रूप सी तो भाई लहना मिले गया, सारे संसार च रटन करके एक सब छ टकरिया, गुरियाई उन्होंने मिल गई। हालांकि बाबा बुढ़ा जी भी थे, पर गुरियाई गुरु अंगद देव जी मिली। इस तरह गांह सिख हिस्टरी है, संत तो बहुत होंगे, अवस्था अलग अलग होंगी, सब की एक जी नहीं। ब्रह्म ज्ञानी संत गुरमुख गुरसिख ये इको लहजे च वरते गए हैं गुरबाणी च। देखण नूं तां आपां भी गुरसिख हैं, पर जिहड़े गुरसिखां दे शब्द विच गुरबाणी च भाव आया है वह होर है। गुर सतगुर का जो सिख अखाए सो भलके उठ हर नाम ते आवे, वो सारा शब्द पढ़ के देखियो विचार के। गुरसिख कोई छोटी गल नहीं होंदी, गुरसिख बहुत ऊंची बात है। गुरसिख होंदा ही ओही है जिहड़ा गुरु नाल मिल गया होवे। कहण दी गल होर है, जिहड़े गुरबाणी दी रूहानियत दे अर्थ हैं वो होर हैं, जिहड़े साडे संसार दे अर्थ ने वो होर होंदे। इस तरह आपां जिहड़ा भी कोई बंदा अमृतधारी लगता होवे, लंबा जिहा चोगा भी होवे, आपां उहनूं गुरमुख कह दिंदे। चलो किसी नूं बड़ा कर देना कोई गुनाह भी है नहीं, पर मन तो नहीं होना चाहिए। जे आपां ने मन तो गुरमुख मान लिया उहदी पूजा करांगे फिर आपां, क्योंकि गुरमुख की पूजा का विधान हैगा गुरबाणी च। लिबास नाल गुरमुख नहीं होंदा, गुरमुख तां बहुत ऊंची अवस्था वाला संत होंदा है। असी संसार च हर एक नूं आओ गुरमुख कह दिंदे, कह सकते हैं, तो इतराज कोई नहीं है। बाणी च भी कही हुई है इस तरह की बात, साधो मन का मान त्यागो। साध तो होंदा ही होई जिहदा मन का मान त्याग होया वा, नहीं साधे नहीं होंदा वो बंदा। वड्याई खातर आपां एक दूजे ने जिवें साहब कह दिंदे आओ जी फलाना साहब, वो ठीक है, पर उहदा सानूं पता होना चाहिए भी गुरमुख है या नहीं। गुरमुख है पैरां नूं पै जाओ डंडौत करो, चंगी गल है। नहीं है सत्कार करके हथ बन के फतेह बुला के पास हो। ये दुनियादारी अजकल हो रहा, इस करके दस रहा समझी कर रहा बात। गुरु अर्जन देव जी दी जिहड़ी लसानी शहीदी सी, उस तो बाद सिख धर्म ने एक पैर होर अगे पट लिया, जिहड़ा उस टाइम दे कई भुल्लड़ सिखां नूं भी लगदी सी गल भी इह तां गुरु साहब पहलियां तो पंजां तो उल्ट गल चल पई। पहलियां पंजां ने तो हथियार नहीं सी चक्के, छे महीने हथियार चक ले। ए चीज़ की समझ दिल्ली तख्त नूं हुण थई नहीं है ना आउणी है, सानू सिखां नूं भी नहीं है। होर नूं छड्डो तुसीं, उह तां चलो फिर दूर की गल है। 80% सिखां नूं भी समझ नहीं इस गल की भी अकाल तख्त साहब क्या चीज़ है, तो वह दिल्ली के तख्त की क्या हो नहीं पता है। आही नुकता है, जिहड़ा सिखी गुरसिख है जिहड़ा गुरबाणी नाल जुड़ गया उहदी सोच होर है, तो जिहड़ा दुनियादार है उहदी सोच होर है। वह पता किवें सोचते हैं दिल्ली वाले, दस रहा उहे जिहे बंदियां दे नाल भी बाहर रहिंदा, वह ये सोचते हैं भी राज तां दिल्ली ते हुंदा है, भी अमृतसर वाले ये तुसीं एवें कही जांदे अकाल तख्त तख्त, इस तरह डराइडिंग जी लैंगुएज बोलते बड़ा माहौल जी विच। उन्हां नूं नहीं समझ इस गल की भी ये जिहड़ा तख्त है ये दिल्ली के तख्त नालों ऊंचाई विच भी ऊंचा है, फिजिकल तौर पर भी, रूहानियत भी तो कोई कीमत नहीं है।
उत्थे गरीब की रक्षा के खातर गुरु साहब छेवें ने मीरी पीरी का संकल्प दिता, खंडे नू हाथ पाया, चार पांच लड़ाइया करियां। दशमेश जी की तो सारी जिंदगी लड़ाइया च लंघ गई। ये रूहानियत तो बाहर नहीं गल्ला। रूहानियत के दो रूप हैं, एक शांतमई सिदकी शहीदी होंगी है, एक खंडे नाल हटाना बंदे नू जे ना ही कोई हटदा होवे। दोहे रूप प्रवान है। ये चीज़ की समझ नहीं आती दुनिया नू भी। ये सिख वैसे तो ठीक है, सेवा भी करते हैं, जिथे भुचाल आ गया, सुनामी आ गई, सिख उत्थे मुफ्त दवाइया बनते हैं, लंगर बनते हैं। ये कृपाना कहते चकते हैं, अकाल तख्त नू कहते बड़ा करी जाने। ये गल का द्वंद है उन्होंने मन च समझ नहीं आती। आप भी किवें जावे, दुनियादार नू ऊंची गल की समझ नहीं आ सकती। उस टाइम के सिखां नू भी नहीं सी समझ, जदों गुरु महाराज पंचम नाल उन्हां दा जिहड़ा वड्डा भराता सीगा पिरथिया, ओ दुनियादार सीगा। उन्हें एडमिनिस्ट्रेटिव पक्ष पकड़िया हुआ सी वी मैं बड़ा सेवादार हाँ, मैं लंगर का प्रबंध करदा, मैं ये करदा, मैं वह करदा। उन्हें अपना पैरल हरिमंदर साहब भी बना लिया सीगा अपने सहुरे घर च। हरिमंदर साहब की रूपरेखा वर्गा एक उत्थे भी उन्हें तैयार कर लिया सी इसे तरह तलाब बना के। पर झूठ का किन्ना वजन होंदा, झूठ ने टिकना नहीं होंदा, पैर नहीं होंदे। उदों भी भुल्लड़ सिख ज़्यादातर उधर हो गए सीगे पिरथिए वल, और नौबत ऐसी आ गई थी भी जिहड़ा लंगर सीगा गुरु साहब का वह मस्त हो गया सीगा, क्योंकि सारे उधर नूं पलट गए। वो तो फिर भाई गुरदास जी ने और बाबा बुढ़ा जी ने संगतां नूं समझा समझा के लिया भी असली तो इधर है भाई, तुसीं नकली करनी होई फिरदे, आपां भी नकली करनी जाने, सच वाले करनी आपां भी नहीं जाते, क्योंकि आपां दे मतलब होंने उधरों कढ़ने होंने, झूठे बंदे तो मतलब लेने होंने, उहदे कोल पावर होंदी है दुनियादारी वाले। ये फर्क आता है, ये समझण दा फर्क है। रूहानियत नूं समझना, रूहानियत तो भी उपर जिहड़ी डिविनिटी है नूरानियत, ये हर बंदे दे बस दी गल नहीं, माफ करियो पर गल सच्ची है। डिविनिटी बहुत ऊंची अवस्था है, वह गुरबाणी च विदत है, गुरु साहिबाना ने वह ज्यों के दिखाई है। उस तरह होर कोई भी बंदा उस तरह नहीं कर सकता। हुण देखो भगत साहिबान होए हैं, बड़े सत्कार नाल आपां उन्हां नूं भी नमन करदे हैं, पर जद भी भीड़ पई है उन्होंने जदे परमात्मा नूं याद कर लिया, क्योंकि परमात्मा का पुत्र होंदा जिहड़ा भगत होंदा, माँ वांग प्यार होंदा। जे भगत याद करूगा फिर रब नहीं आऊगा, तो यह हो ही नहीं सकता। चाहे कबीर जी खातर हाथी के पैरों च गिरे हुए ने, चाहे गंगा दियां लहरां चों जंजीरां कट्टण वास्ते, चाहे बाबा नामदेव जी खातर देरा घुमाया, आना पैंदा उन्हें। लेकिन गुरु साहब का कंसैप्ट इस तो भी एक कदम अगे है भी जब हो ही तेरे गए है तैनू यह पाँदा है, तू हाथी चढ़ाना है, तू लहर च मैनू सिट रहा, फिर मैं तेनू कहते कहाँ मैनू बचा ला, जे तेनू पाँदा मैनू भी ठीक लगता। कलयुग नामा भगत होए फिर देहरा गऊ गाए जवाई। भाई गुरदास जी ने यह गल्लां क्लीयर करिए, कलयुग नामा भगत होए फिर देहरा गाए जवाई, भगत कबीर बखाणी है बंदी खाने ते उठ जाई। ये दंद कथावां चलदियां भी कबीर जी जेल खाने चो भी निकल जाते होंगे सी अपनी रूहानियत दे नाल। भाई गुरदास जी ने क्या लिखिया पिछों, पैरी पै पा खाक होए गुरसिखां विच वड्डी समाई, सब दे पैरां दी धूड़ बणदे सिख बहुत समाई हुंदी है, अलख लिखाए ना अलख लिखाई। अलख अंदर लिखिया होया हुंदा, परमात्मा प्रगट करिया हुंदा, लेकिन बाहर नहीं कर जाहर करदे उस गल नूं, जिवें भगतां ने कर दिता भी आ जा हुण, नहीं किहा, आरा कबूल कर लिया, बंद बंद कटाउणा खोपरी लाउणी कबूल कर ली, ये नहीं किहा भी तूं आ जा हुण, तेरा हुक्म है बस ठीक है, जो तैनू पाउंदा सानू भी पाउंदा। ये फर्क है। हुण साडी जिहड़ी समझ है, असीं कई दफा इस तरह कह लैंदे भी फलाने भगत ने तां जी एकण करिया सीगा, जिहड़े उहनां दे पैरोकार कहिंदे आ इस तरह, वो ठीक है भाई, वह भी कबूल है, दोहे रूप है।
ਅਤੇ ਜਿਹੜਾ ਅਗਲਾ ਗੱਲ ਹੈ ਫਿਰ ਖੰਡੇ ਨੂੰ ਹੱਥ ਜਾਣਾ ਉਹ ਹੋਰ ਵੀ ਬੜੀ ਗੱਲ ਹੈ। ਖੰਡੇ ਨੂੰ ਹੱਥ ਪਾਉਣਾ ਹੈ ਜੇ ਕੋਈ ਚਾਂਬ ਲਿਆ ਹੋਇਆ ਤਾਂ ਗਰੀਬ ਪਰ ਨਹੀਂ ਉੱਠਦੀ। ਇਸੇ ਕਰਕੇ ਜਿਹੜੀ ਤਲਵਾਰ ਹੈ ਉਹ ਜ਼ੁਲਮ ਦੀ ਨਿਸ਼ਾਨੀ ਹੈ ਅਤੇ ਜਿਹੜੀ ਕਿਰਪਾਨ ਸ਼ਬਦ ਹੈ ਚੀਜ਼ ਤਾਂ ਇੱਕੋ ਹੀ ਹੈ, ਲੋਹਾ ਵੀ ਉਹੀ ਹੈ, ਬਣੀ ਹੋਈ ਵੀ ਉਸ ਤਰ੍ਹਾਂ ਹੀ ਹੈ। ਜਾਂ ਸਿੱਖ ਦੇ ਹੱਥ 'ਚ ਤਲਵਾਰ ਆ ਜਾਂਦੀ ਉਹ ਕਿਰਪਾਨ ਬਣ ਜਾਂਦੀ। ਕਿਰਪਾਨ ਹਮੇਸ਼ਾ ਗਰੀਬਾਂ ਦੀ ਰੱਖਿਆ ਵਿੱਚ ਨਿਕਲਦੀ ਹੈ, ਬਾਹਰ ਮਿਆਨ ਤੋਂ ਨਹੀਂ ਨਹੀਂ ਨਿਕਲਦੀ। ਤਲਵਾਰ ਜ਼ੁਲਮ ਕਰਨ ਖਾਤਰ ਗਰੀਬਾਂ ਪਰ ਤਾਂ ਨਿਕਲਦੀ ਹੈ। ਬਾਬਰ ਦਾ ਔਰ ਬਾਕੀ ਗੁਰੂ ਸਾਹਿਬਾਨਾਂ ਦਾ ਇਹੀ ਅੰਤਰ ਸੀ। ਬਾਬਰ ਕਿਆਂ ਦਾ ਜ਼ੁਲਮ ਕਰਨ ਵਾਲੇ ਦੀ ਤਲਵਾਰ ਹੁੰਦੀ ਹੈ ਅਤੇ ਸਿੱਖ ਦੇ ਹੱਥ ਵਿੱਚ ਉਹ ਕਿਰਪਾਨ ਬਣ ਜਾਂਦੀ। ਸੋਚ ਦਾ ਅੰਤਰ ਹੈ। ਦਿੱਲੀ ਦੇ ਤਾਕਤ ਵਾਲੇ ਇਹਨਾਂ ਗੱਲਾਂ ਨੂੰ ਸੋਚ ਨਹੀਂ ਸਕਦੇ ਕਿਉਂਕਿ ਨਸ਼ੇ ਵਿੱਚ ਚੂਰ ਹੈ। ਦੁਨਿਆਵੀ ਨਸ਼ਾ ਹੈ, ਤਾਕਤ ਦਾ ਨਸ਼ਾ ਹੈ, ਵਰਲਡਲੀ ਪਾਵਰ ਦਾ ਨਸ਼ਾ ਹੈ। ਇਹ ਚੀਜ਼ਾਂ ਤਾਂ ਬਹੁਤ ਮੁਸ਼ਕਲ 'ਤੇ ਸਮਝ ਆ ਸਕਦੀਆਂ। ਸਾਨੂੰ ਸਿੱਖਾਂ ਨੂੰ ਸਮਝ ਨਹੀਂ ਆ ਰਹੀ, ਗੈਰ ਸਿੱਖਾਂ ਨੂੰ ਕਿਵੇਂ ਆਊ? ਮਾਫ਼ ਕਰਿਓ, ਇੱਕ ਨੇ ਗੱਲ ਨਹੀਂ ਸਮਝ ਆਉਂਦੀ। ਸਮਾਂ ਦੇਖ ਲਿਓ ਥਲੀ ਸਾਹਿਬ, ਸਮੇਂ ਦੀ ਬਾਤ ਚੱਲੇ ਤੋ ਸਾਧ ਸੰਗਤ ਜੀ ਉਹ ਆ ਹੁਣੇ ਦੱਸ ਰਹੇ ਨੇ, ਇੱਕ ਦਿਨ ਦੇਖਿਆ ਵੈਸੇ ਤਾਂ ਹੁਣ ਘੱਟ ਸਮਾਂ ਮਿਲਦਾ ਹੈ। ਪਤਾ ਨਹੀਂ ਕਿਹਾ ਕਿਸੇ ਨੇ ਕਮੈਂਟ ਕਰਿਆ ਸੀ ਕਰਾਮਾਤ 'ਤੇ ਕੁਛ, ਇੱਕ ਦਿਨ ਥਲੀ ਸਾਹਿਬ ਲਿਆਏ ਸੀ ਕਰਕੇ ਰਿਕਾਰਡ ਉਹ ਪਾਈ ਹੋਈ ਹੈ ਨੈੱਟ ਪਰ। ਕਿਸੇ ਨੇ ਇਹੋ ਜਿਹਾ ਕੋਈ ਔਰਾ ਜਿਹਾ ਕਮੈਂਟ ਕਰਿਆ ਹੋਇਆ ਸ਼ਾਇਦ ਐਂ ਲਿਖਿਆ ਵੀ ਇਸ ਬੰਦੇ ਨੂੰ ਗੁਰਬਾਣੀ ਦਾ ਕੱਖ ਨਹੀਂ ਪਤਾ, ਵੀ ਚੈਨਲ ਵਾਲਿਆਂ ਨੂੰ ਵੀ ਬੇਨਤੀ ਹੈ ਵੀ ਕਿਸੇ ਹੋਰ ਮਹਾਂਪੁਰਸ਼ ਨੂੰ ਲਿਆ ਕਰੋ। ਕੋਈ ਇਹੋ ਜਿਹੇ ਸ਼ਬਦ ਲਿਖੇ ਤੁਸੀਂ ਵੀ ਦੇਖਿਓ। ਹੁਣ ਉਹਨੂੰ ਅਸੀਂ ਕਿਵੇਂ ਸਮਝਾ ਸਕਦੇ? ਜਿਹਦਾ ਲੈਵਲ ਇਸ ਤਰ੍ਹਾਂ ਦਾ ਹੈ, ਜਿਹਨੂੰ ਗੁਰਬਾਣੀ ਦੀ ਸਮਝ ਨਹੀਂ ਹੈ, ਉਹਦੇ ਨਾਲ ਕਿਆ ਬਹਿਸ ਕਰੂੰਗੇ? ਹੱਥੇ ਬੰਨੇ ਜਾ ਸਕਦੇ, ਭਾਈ ਤੂੰ ਜਿੱਤਿਆ ਅਸੀਂ ਹਾਰੇ, ਆਹੀ ਹੋ ਸਕਦਾ। ਭਾਵੇਂ ਲੱਖ ਸਮਝਾਈ, ਜੋ ਨਹੀਂ ਸਮਝੇਗਾ ਉਹ ਬੰਦਾ, ਤੁਸੀਂ ਜਿੰਨੇ ਮਰਜ਼ੀ ਨਾ ਉਹਨੂੰ ਸਮਝਾਓ, ਦਿੱਲੀ ਦੇ ਤਾਕਤ ਵਾਲਿਆਂ ਨੂੰ ਨਹੀਂ ਸਮਝ ਸਕਦੇ। ਨਾਲੇ ਇਹ ਵੀ ਸਭ ਨੂੰ ਪਤਾ ਵੀ ਜਿਹੜੇ ਜਿਸ ਸਿਲ ਦੇ ਉੱਪਰ ਬੈਠ ਕੇ ਔਰੰਗਜ਼ੇਬ ਨੇ ਨੌਵੇਂ ਪਾਤਸ਼ਾਹ ਦੀ ਕੁਰਬਾਨੀ ਦਾ, ਸ਼ਹੀਦੀ ਦਾ ਫਰਮਾਨ ਜਾਰੀ ਕਰਿਆ ਸੀ, ਉੱਥੋਂ ਸਿੰਘ ਚੱਕ ਕੇ ਲਿਆ ਕੇ ਉਹਨਾਂ ਨੇ ਇੱਥੇ ਟਿਕਾਇਆ ਹਰਿਮੰਦਰ ਸਾਹਿਬ 'ਚ, ਪੌੜੀਆਂ ਦੇ ਵਿੱਚ ਲਾਇਆ ਹੋਇਆ। ਸਿੱਖ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰਦਾ ਕਦੇ। ਜਾਨ ਚਲੇ ਜਾਊ, ਪਈ ਚਲੇ ਜਾਊ। ਉਹ ਜਿਹੜੇ ਵਿਚਾਰੇ ਉਹਨਾਂ ਨੂੰ ਕਹਿੰਦੇ ਨਾ ਛੱਡ ਪਰੇ, ਕਾਹਨੂੰ ਹੀ ਮੌਤ ਸੇੜਨੀ ਹੈ, ਜਵਾਨ ਨੂੰ ਘੁਮਾ ਦਿਓ ਮਾੜਾ ਜਿਹਾ, ਬਚ ਜਾਂਦਾ ਬੰਦਾ। ਪਰ ਗੁਰਮਤਿ ਤਾਂ ਹੋਰ ਚੀਜ਼। ਕਈ ਭੁੱਲੜ ਸਿੱਖ ਇਹ ਵੀ ਕਹਿੰਦੇ ਸਿਆਸਤ ਵਿੱਚ ਆ ਕੇ, ਕਿਉਂਕਿ ਸਾਡੇ ਜਿਹੜੇ ਸਿਆਸੀ ਲੀਡਰ ਹੈ ਉਹਨਾਂ ਨੂੰ ਤਾਂ ਕੁਰਸੀ 'ਚ ਚਾਹੀਦੀ ਹੈ। ਉਹਨਾਂ ਨੇ ਸਿਧਾਂਤ 'ਤੇ ਕਿਆ ਲੈਣਾ ਕਿ ਸਿਧਾਂਤ ਟੰਗੇ ਪਏ ਕੀਲਿਆਂ ਪਰ, ਉਹ ਯਾਰ ਛੱਡ ਪਰੇ ਕਿਆ ਲੈਣਾ, ਉਹ ਤਾਂ ਗਰਮ ਖਿਆਲੀ ਆ, ਉਹ ਤਾਂ ਫਲਾਣਾ। ਉਹ ਭਾਈ ਜੇ ਗਰਮ ਖਿਆਲੀ ਆ, ਗਰਮ ਖਿਆਲੀ ਨਾਲ ਨਾ ਲੱਗੋ, ਸਿਧਾਂਤ ਪਰ ਤਾਂ ਨਾਲ ਲੱਗ ਜਾਓ। ਸਿਧਾਂਤ ਦੀ ਗੱਲ ਤਾਂ ਮੰਨ ਲਓ, ਫਿਰ ਤਾਂ ਗੁਰੂ ਸਾਹਿਬ ਦੇ ਨਾਲ ਵੀ ਨਾ ਕੋਈ ਲੱਗਦਾ। ਔਰ ਉਸ ਟਾਈਮ ਕਿੰਨੇ ਕੁ ਲੱਗੇ ਹੋਣੇ ਤੁਹਾਨੂੰ ਪਤਾ ਹੀ ਹੈ, ਸ਼੍ਰੀ ਅਨੰਦਪੁਰ ਸਾਹਿਬ 'ਚ ਕਿੰਨੇ ਕੁ ਸਿੱਖ ਸੀਗੇ ਨਾਲ? ਸੈਂਕੜਿਆਂ ਵਿੱਚ ਸੀ, ਜ਼ਿਆਦਾ ਨਹੀਂ ਸੀ। ਬਾਕੀ ਖਲਕਤ ਤਾਂ ਲੱਖਾਂ ਵਿੱਚ ਸੀ, ਕਰੋੜਾਂ 'ਚ। ਸੱਚ ਨਾਲ ਥੋੜ੍ਹੇ ਹੀ ਜੁੜਦੇ ਹੁੰਦੇ, ਬਹੁਤੇ ਨਹੀਂ ਜੁੜਦੇ, ਕਿਉਂਕਿ ਸੱਚ ਨੂੰ ਫਾਂਸੀ ਸਾਹਮਣੇ ਹੁੰਦੀ ਹੈ। ਦੁਨੀਆਦਾਰ ਹਾਸੀ ਮਜ਼ਾਕ ਕਰਦੇ ਹੁੰਦੇ, ਮੌਜਾਂ ਮਾਣਦੇ ਹੁੰਦੇ ਪਾਵਰ ਦੀਆਂ। ਜੇ ਅਸੀਂ ਜਿਹੜਾ ਬੰਦਾ ਦੁਨੀਆਦਾਰ ਹੈ, ਕੋਈ ਲੀਡਰ ਹੈ, ਕੋਈ ਰਾਜਾ ਹੈ, ਜੇ ਅਸੀਂ ਉਹਦੀ ਚਾਪਲੂਸੀਆਂ ਕਰੂੰਗੇ ਤਾਂ ਸਾਨੂੰ ਉਹਨੇ ਬਖਸ਼ਦੇ ਰਹਿਣਾ, ਮੁਰੱਬੇ ਵੀ ਦਊ, ਹੋਰ ਸਾਨੂੰ ਪਾਵਰ ਵੀ ਦਊ, ਰਾਜ ਵੀ ਦਊ ਛੋਟਾ ਮੋਟਾ। ਦੂਜੇ ਪਾਸੇ ਮੌਤ ਦਿਖਦੀ ਹੈ ਸਾਹਮਣੇ ਖੜੀ। ਇਹ ਅੰਤਰ ਹੈ, ਇਹ ਬਹੁਤ ਮੁਸ਼ਕਲ 'ਤੇ ਰੂਹਾਨੀਅਤ ਦੀ ਸਮਝ, ਡਿਵਾਨਿਟੀ ਜਾਂ ਜਿਹੜੀ ਨੂਰਾਨੀਅਤ ਹੈ ਇਹਦੀ ਸਮਝ ਆਉਣੀ ਬਹੁਤ ਨਹੀਂ ਆਉਂਦੀ। ਕਮ ਸੇ ਕਮ ਦਾਸਰਾ ਦਾਵਾ ਕਰਦਾ ਵੀ ਮੈਨੂੰ ਤਾਂ ਪੂਰੀ ਨਹੀਂ ਆ ਰਹੀ, ਪਤਾ ਨਹੀਂ ਕਿੰਨੀ ਕੁ ਜਾਂ ਹੋਰ ਹੈ। ਗੱਲ ਦੇ ਉੱਤੇ ਰੂਹਾਨੀਅਤ ਦਾ ਸਾਨੂੰ ਨਹੀਂ ਪਤਾ ਲੱਗਦਾ ਵੀ ਇੱਥੇ ਕਿਹੜੀ ਕਿਆ ਰੂਹਾਨੀਅਤ ਹੈ। ਮਹਾਰਾਜ ਨੇ ਆਹ ਗੱਲ ਕਿਵੇਂ ਲਿਖਦੀ ਹੈ ਜੀ? ਕਿਉਂਕਿ ਬੰਦਾ ਤ੍ਰੈ ਗੁਣਾਂ 'ਚ ਚੌਥੇ ਪਦ ਦੀ ਗੱਲ ਨੂੰ ਨਹੀਂ ਸਮਝ ਸਕਦਾ। ਦਾਵਾ ਜ਼ਰੂਰ ਕਰਦੇ, ਡੇਰੇਦਾਰੀ ਇਸੇ ਕਰਕੇ ਪਣਪ ਰਹੀ ਹੈ ਪੰਜਾਬ 'ਚ ਸਾਡੀ ਨਾ ਸਮਝੀ ਕਰਕੇ। ਮੈਨੂੰ ਮਾਫ਼ ਕਰਿਓ, ਕਿਸੇ ਡੇਰੇ ਕੋਲ ਟਰੱਕਾਂ ਦੇ ਟਰੱਕ ਭਰ ਕੇ ਆਉਂਦੇ ਰਹੇ ਕਈ ਸਾਲ, ਆਪਾਂ ਦੇਖਦੇ ਰਹੇ ਸ਼ਾਇਦ ਲੱਖਾਂ ਦੀ ਗਿਣਤੀ 'ਚ। ਮੈਨੂੰ ਐਂ ਵੀ ਦੱਸਿਆ ਕਿਸੇ ਨੇ ਵੀ ਬੋਰੀ 'ਚ ਪੈਸੇ ਵੀ ਸੋਟੇ ਨਾਲ ਧੋਂਦੇ ਹੁੰਦੇ ਸੀ, ਕਈ ਕਈ ਬੋਰੀਆਂ ਰੋਜ਼ ਭਰਦੀਆਂ ਸੀ ਚੜਾਵੇ। ਇੱਕ ਸੂਬੇਦਾਰ ਸੀ ਕਿਤੇ ਸਾਡੇ ਨਾਲ ਦੇ ਪਿੰਡ ਦਾ, ਉਹਦੇ ਨਾਲ ਇੱਕ ਵਾਰ ਵਿਚਾਰ ਹੋਈ। ਮੈਂ ਉਹਨੂੰ ਕਿਹਾ ਵੀ ਸੂਬੇਦਾਰ ਸਾਹਿਬ,
जिन्नी तुसी उच्ची अवस्था च उन्हूं गिण रहे हैं, जे वह होवे साडा नहीं फर्ज बनता भी असी भी डंडौत करिए उन्हूं? कहिंदा तुसी लोग तां मनदे ही नहीं उन्हूं। वह मैं कहा यार झूठ नूं किकण मन्नीए, तूं आए तां दस, तुसी तां मन्नी जांदे हो, जे वह सच होवे साडा नहीं फर्ज बनता, असी तां तेरे नालों पहलां जाइए उहदे कोल। कम से कम गुरबाणी के दो अक्षर जानते हैं, वो भीतर लिखी हुई है महिमा महापुरश की, संत की महिमा तो बहुत होंगी, भी कित ना कि अंतर है, तुम समझोगे हौली हौली। जब साल दो साल लंघे डंडा खड़किया उ बंदा टोभे च मूर्तियां उदियां फोटो सिड़ता फिर भी हूँ डंडा खड़क के सच झूठ तो बहुत दुनियादारी च कह दिता बंदा मैं सच बोलना, सच बोलना बड़ा औखा होता, माड़ा जी बिपता आई जो डोल जू तो डिविनिटी बहुत उच्ची गल है। वो सारी गुरु ग्रंथ साहब जी के डिविनिटी है, दुनियावी गल नहीं। जे दुनियावी गल उपरों नज़र भी आती, वो पिछे भी रूहानीयत है। जिमें कोई बंदे ताश खेडते हैं फर्ज करो बैठे, आपां नूं नज़र आ रहा भी ये दुनियादार हैं, ठीक है। कोई बंदा बिच वैसे बैठा चाहे खेडता भी हो सकता, वो देख रहा है भी देखो एक जक्का सारियां नूं काबू कर लैंदा, एका बादशाह नूं भी काबू करी बैठा, बेगी बेगम नूं भी काबू कर लैंदा, नहले दहले की तो कोई गति नहीं होंदी। माड़ी गल विच भी चंगियाई छिपी होंदी है, कई बार शराबियों विच भी बड़े गुण होंदे देखे दास। मैं एक अपनी जाति मिसाल दे के समाप्ति करन वल वधा, दास रहे ने एक बार पेंटर रखिया एक, वो शराब का बहुत आदी सी, एक कहा उन्हूं भी मेरे घर शराब ना पी फिर मैं तेनू ला लैंदा। मन गया शराबी का, क्या जो मर्जी खुहा लो, कहता पर हटिया ना करे, घर नहीं पीती शाम नू बुरश सिट के कराली चले जावे उत्थे पी के आ जाए। कई दिन होंदा रहा इस तरह, एक दिन रात नू किते बाहर रहा, वो आया ना, असी डीकदे रहे रोटी बनाई नहीं आया, बड़ा मन विच गुस्सा जिहा भी आया भी कम नहीं नबेड़दा किन्ने दिन हो गए। वो दूजे दिन शाम नू आया, आए लटा पींग हो गए, पूरी पीती हुई, दासरा बाहरों आया सी स्कूटर ते ही, कुछ शब्द उन्हूं औखे बोलते, खासे औखे, उहदी सुन लो गां तो गल, वो सुन सुन के कहिंदा आ जाओ हुण उतर आओ हेठां, आ जाओ आ जाओ, सारा कुछ खत्म कर दिता है। शराबी पर गुण किड्डा बड़ा अंदर लुकोई बैठा निम्रता का, ये गल कुदरती है भी अपने नाल कितना ही कोई बुरा करता हो माड़ा जिहा निम्रता सहित बोल दो, पैरियां थला दो, उन्हें जदे पाणी बन लई। सो ये बड़िया बरीक बातां है, जे साडी समझ च बह जाए, बहिंदियां तां है नहीं पर जे बह जाए महाराज कृपा करे तां ही है, बैठूंगियां उदों जदों होमें टुटूगी। होमें तोड़नी है गुरु ने साडे वादी गल, होमें टुटे तो बिना कुछ नहीं, मन सफाई नहीं हुंदी, जो मर्जी करिए। हुण देखो एक गल होर कह के समाप्ति करूँगा, माँ प्यो का आदर सत्कार पूजन तक का हुक्म है, सिख सोसायटी च भी हिंदू सोसायटी च भी आप माँ बाप के पैरियां हाथ भी लाने लाने चाहिए। भाई गुरदास जी ने अपनी वारां दे विच बहुत बड़ा करिया, माँ प्यो पर हर करै दान बेईमान अग्ञान प्राण, माँ प्यो पर हर सुने वेद भेद ना जाने कथा कहानी, माँ प्यो भुखे बैठे घर आप कथा कहानियां सुनदा संगत करता है, या आप दान पुन करन लग्या वा वो बेचारे भुखे फिटे मूँह ऐसा। भाई गुरदास जी कह रहे पता ही नहीं है बेईमान है अज्ञान प्राणी। हुण जे आपां इह तों निष्कर्ष कढ लीए भी गल इत्थे खड़ी है इत्थे नहीं खड़ी गल, है गल इस तों अगे भी है। देखो गुरबाणी च वचन आउंदा है, दुनिया दे विच हर एक चीज बंधन है, बंधन मात पिता संसार, बंधन सुत कन्या अर नार, मां प्यो भी बंधन है, हरनाक्ष बनिया नहीं बंधन प्रहलाद खातर, जे चंगे काम तो मां बाप रोकते वह बंधन हो जाते, भावें सत्कार फिर भी रखना उन्हों का पर बंधन फिर भी है।
खेती नूं सब ते उत्तम गिणिया जांदा है। पुराने साडी सभ्यता विच उत्तम खेती मध व्यापार इस तरह लोग कहिंदे हुंदे, निखिध चाकरी भीख द्वार। पर गुरबाणी च फरमाया गया भी जिहड़ी खेती है ये भी बंधन है। बंधन किरखी करें किसान, किरखी खेती नूं कहिंदे, वह भी बंधन है। हुण गृहस्थी नूं सब ते उच्चा फरमाया गया गुरबाणी अनुसार भी सिख धर्म विच भी गृहस्थी सब ते उत्तम स्थान है। सारे फिरकियां सारे मतलब जिंदगी जीवन के ढंगा नालों जिहड़ी गृहस्थी है वह वधिया है, लेकिन गृहस्थी भी बंधन है। आप जी नूं पता है बेड़ी पानी च तिरदी है, पानी च डुबदी है। जे गृहस्थी दे आसरा लेके आपां पार चले जाइए, नाम कन्नी हो जाइए तां गृहस्थी बहुत उत्तम है। जे गृहस्थी च डुब गया, पुत्तां धीआं फस गया, घरवाली दे प्यार च फस गया, गया बन गई बंधन। गुरु साहब पंजवें पातशाह ने फरमाया एक जगह, घाट ना किन ही कहाया सब कहते हैं पाया। जिन्ने भी फिरके हैं दुनिया के, जिन्हों दशमेश जी ने दूजे शब्दों से कहा भी कूर किरिया उर्ज सब ही जग श्री भगवान को भेद ना पाया। त्रै गुणा विच बंदा जो भी करता है, जोगी जति सती सन्यासी कापड़ी कौते जगूते सब गिणे गुरु महाराज ने, सारे बंधना च सब कहने असी पा लिया होया, किसी ने नहीं पाया होया। जिस मेले सो भगता, जिन्हों वो आप मेल लवे उदी मैं तोड़ दवे उही भगत है, दूजे नूं गुरबाणी भगत नहीं मनदी, संसार मनदा है, वो गल होर है। आपां तां बहुत भगत बनाई बैठे, भगत तां बहुत ऊंची अवस्था वाला कोई महापुरश हुंदा, आपां जणे कणे नूं भगत बना दिंदे। सो साध संगत जीओ विचार करदिआं कुछ ना कुछ तां बंदे तो इधर उधर की गल निकल जाती है। संगत बख्शनहार होंदी है, क्योंकि ये नैट पर जानी है गल सारी संगत दुनिया के विच, तो सारियां तो दासरा खेमा याचना करता है, माफ़ी मंगता है। कोई ना कोई गलती तो बंदे तो हो जाती, बंदा पूरा तो कदे होंदा नहीं, ना परफेक्ट होंदा। सिर्फ गुरु और रब ये दो पूरे हैं, बाकी तो सब अधूरी दुनिया है, उन्हां च आपां भी हैं। इस करके अधूरेपन की माफ़ी दिओ, जे कोई गल गुरु की करी है वह पूरी है, उन्हूं एक्सैप्ट कर लिओ, दासरे की छड़ दिओ। जे कोई गल ना चंगी लगे गुरु की गल जरूर मान लिओ, वो साडा फर्ज भी बनता, फिर असी गुरु वाले क्या हो जे गुरु की गल नहीं मानते। तो दिओ माफ़ी, कोई असीस भी दे दिओ बीबीओ। वाहिगुरू जी का खालसा, वाहिगुरू जी की फतह।